हां जी 9वीं क्लास ਦੇ ਵਿਦਿਆਰਥੀਓ ਤੁਹਾਡਾ ਜਿਹੜਾ ਇੰਤਜ਼ਾਰ ਹੋ ਖਤਮ ਹੋ ਚੱਲਿਆ ਜਿਸ ਤਰ੍ਹਾਂ ਤੁਹਾਡੇ ਕਾਫੀ ਜ਼ਿਆਦਾ ਕਮੈਂਟਸ ਆ ਰਹੀ ਸੀ ਕਿ ਸਾਡੇ ਨਾਲ ਜਮਾਤ 9वीं ਦਾ ਐਸਐਸਟੀ ਦਾ ਯਾਨੀ ਕਿ ਸਮਾਜਿਕ ਸਿੱਖਿਆ ਦਾ ਰੀਅਲ ਪੇਪਰ ਸ਼ੇਅਰ ਕਰੋ ਤਾਂ ਜਿਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਤੁਹਾਡੇ ਪੇਪਰ ਸਮਾਜਿਕ ਸਿੱਖਿਆ ਯਾਨੀ ਕਿ ਐਸਐਸਟੀ 9वीं क्लास ਦੇ ਪੇਪਰ ਦੀ ਤਿਆਰੀ ਕਰਵਾਉਂਗਾ ਜਿਹੜਾ ਕਿ ਤੁਹਾਡਾ ਫਾਈਨਲ ਪੇਪਰ ਹੈਗਾ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੀ ਫੁੱਲ ਤਿਆਰੀ ਕਰਵਾਈ ਜਾਊਗੀ ਕਿ ਯਾਨੀ ਕਿ ਤੁਹਾਡੇ 80/80 ਮਾਰਕਸ ਆ ਸਕਦੇ ਨੇ ਤਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ ਜੇਕਰ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਹ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰੋ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਦੂਜਾ ਪੇਪਰ ਸ਼ੇਅਰ ਕਰਨ ਲੱਗਿਆਗਾ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਪੇਪਰ ਨੰਬਰ ਪਹਿਲਾਂ ਸ਼ੇਅਰ ਕੀਤਾਗਾ ਅਤੇ ਹੁਣ ਮੈਂ ਤੁਹਾਡੇ ਨਾਲ ਦੂਜਾ ਪੇਪਰ ਸ਼ੇਅਰ ਕਰਨ ਲੱਗਿਆ ਜੇਕਰ ਤੁਸੀਂ ਨੇ ਇੱਕ ਨੰਬਰ ਪੇਪਰ ਨਹੀਂ ਦੇਖਿਆ ਤਾਂ ਆਪਾਂ ਸਭ ਤੋਂ ਪਹਿਲਾਂ ਤੁਸੀਂ ਇਹ ਦੋ ਨੰਬਰ ਦੇਖ ਲੈਣਾ ਉਸ ਤੋਂ ਬਾਅਦ ਇੱਕ ਨੰਬਰ ਜਾ ਕੇ ਦੇਖ ਲੈਣਾ ਠੀਕ ਹੈ ਜੀ ਇਹ ਤੁਹਾਡੇ ਪੇਪਰ ਦੀ ਤਿਆਰੀ ਦੇ ਲਈ ਕੋਈ ਇਹ ਰੀਅਲ ਪੇਪਰ ਨਹੀਂ ਹੈ ਕੋਈ ਫੇਕ ਪੇਪਰ ਨਹੀਂ ਹੈਗਾ ਠੀਕ ਹੈ ਜੀ ਸਾਰੇ ਜਿਹੜੇ ਆਪਾਂ ਪਾਉਣੇ ਗੋ ਹੁੰਦੇ ਨੇ ਕਿ ਇੰਪੋਰਟੈਂਟ ਅਤੇ ਸੈਂਪਲ ਪੇਪਰ ਹੁੰਦੇ ਨੇ ਠੀਕ ਹੈ ਜੀ ਤੁਹਾਡੇ ਜ ਤੁਹਾਨੂੰ ਪਾ ਦੇਣ ਦੇਣਗੇ ਤਾਂ ਤੁਸੀਂ ਨੇ ਇਹ ਸੈਂਪਲ ਪੇਪਰ ਦੋਨੇ ਸੈਂਪਲ ਪੇਪਰ ਕਰ ਲੈਣੇ ਹੈਗੇ ਮੈਂ ਤੁਹਾਡੇ ਨਾਲ ਦੋ ਸੈਂਪਲ ਪੇਪਰ ਸ਼ੇਅਰ ਕੀਤੇ ਨੇ ਮੈਂ ਕੱਲੇ-ਕੱਲੇ ਤੁਹਾਨੂੰ ਆਨਸਰ ਕਰਵਾਉਂਗਾ ਹਾਂਜੀ ਜਿਵੇਂ ਕਿ ਭਾਗ ਊੜਾ ਦਾ ਸਟਾਰਟ ਹੋ ਰਿਹਾ ਹੈ ਭਾਗ ਊੜੇ ਦੇ ਵਿੱਚ 12 ਕੁਐਸਚਨ ਆਉਣਗੇ ਜਿਹੜੇ ਕਿ 1 ਨੰਬਰ ਦੇ ਹੋਣਗੇ ਇਹ ਹੋਣਗੇ ਬਹੁਵਿਕਲਪਿਕ ਪਹਿਲਾਗਾ ਸੋਰਾਸ਼ਟਰ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਦਾ ਹਿੱਸਾ ਹੈ ਸੋਰਾਸ਼ਟਰ ਹੈਗਾ ਇਹਨਾਂ ਦੇ ਵਿੱਚੋਂ ਗੁਜਰਾਤ ਦਾ ਗਾਰ ਠੀਕ ਹੈ ਜੀ ਗੁਜਰਾਤ ਦਾ ਹਿੱਸਾ ਹੈ ਇਹਨਾਂ ਦੇ ਵਿੱਚੋਂ ਇਸ ਤੋਂ ਬਾਅਦ ਦੂਜਾ ਭਾਰਤੀ ਕਿਹੜੀ ਨਦੀ ਨੂੰ ਦੱਖਣ ਦੀ ਹਾਂਜੀ ਬੁੱਢੀ ਨਦੀ ਕਿਹਾ ਗੰਗਾ ਕਿਹਾ ਜਾਂਦਾ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿਹੜੇ ਕਿਹਨੂੰ ਕਿਹਾ ਜਾਂਦਾ ਹੈਗਾ ਬੁੱਢੀ ਗੰਗਾ ਠੀਕ ਹੈ ਜੀ ਜਿਹੜੀ ਦੱਖਣ ਦੀ ਵਿੱਚ ਨਦੀ ਹੈਗੀ ਤਾਂ ਉਹ ਬਬ ਦੇਖਦੇ ਆਂਗੇ ਦੂਜੇ ਦਾ ਆਨਸਰ ਆਊਗਾ ਤੁਹਾਡਾ ਗੋਦਾਵਰੀ ਨੂੰ ਕਿਹਾ ਜਾਂਦਾ ਹੈਗਾ ਠੀਕ ਹੈ ਜੀ ਤੀਜਾ ਉਤਪਾਦਨ ਦਾ ਕਿਹੜਾ ਕਾਰਕ ਠੀਕ ਹੈ ਜੀ ਅਚਲ ਹੈ ਕਿਹੜਾ ਕਾਰਕ ਹੈ ਇਹਨਾਂ ਦੇ ਵਿੱਚੋਂ ਅਚਲ ਹੈਗਾ 1 ਮਿੰਟ ਮੈਂ ਇਸ ਦਾ ਤੁਹਾਨੂੰ ਆਨਸਰ ਦੱਸ ਦਾਂਗਾ ਕੀ ਹੈਗਾ ਹਾਂਜੀ ਜਿਹੜਾ ਤੀਜਾ ਆਨਸਰ ਹੈਗਾ ਇਸ ਦਾ ਬਣੂਗਾ ਭੂਮੀ ਆ ਠੀਕ ਹੈ ਜੀ ਭੂਮੀ ਨੋਟ ਕਰ ਲਓ ਇਸ ਤੋਂ ਬਾਅਦ ਚੌਥਾ ਹੈ ਹੈਟਰ ਕਿਹਾਂ ਵਿੱਚੋਂ ਆਰਥਿਕ ਕਿਰਿਆ ਕਿਹੜੀ ਹੈ ਇਹਨਾਂ ਦੇ ਵਿੱਚੋਂ ਆਪਾਂ ਨੇ ਦੱਸਣਾ ਵੀ ਨਾ ਆਰਥਿਕ ਕਿਰਿਆ ਕਿਹੜੀ ਹੈਗੀ ਇਸ ਦਾ ਹੈਗਾ ਤੁਹਾਡਾ ਐਡ ਆਪਸ਼ਨ ਯਾਨੀ ਕਿ ਦੁਕਾਨਦਾਰੀ ਹੈਗਾ ਚੌਥੇ ਦਾ ਆਨਸਰ ਠੀਕ ਹੈ ਜੀ ਪੰਜਵਾਂ ਹੈਗਾ ਇੰਗਲੈਂਡ ਦੀ ਮੁਦਰਾ ਕਿਹੜੀ ਹੈ ਮਤਲਬ ਜਿਵੇਂ ਆਪਾਂ ਦੇਖੀਏ ਇਹ ਜਿਹੜੀ ਇੰਡੀਆ ਦੀ ਮੁਦਰਾ ਕੀ ਉਹ ਹੈਗੀ ਹੈਗੀ ਰੁਪੀਏ ਠੀਕ ਹੈ ਜੀ ਆਪਣੇ ਰੁਪਏ ਹੁੰਦੇ ਨੇ ਤਾਂ ਜਿਹੜੇ ਇੰਗਲੈਂਡ ਦੇ ਹੁੰਦੇ ਨੇ ਕਿ ਉਹ ਹੁੰਦੇ ਨੇ ਪਾਉਂਡ ਠੀਕ ਹੈ ਜੀ ਇੰਗਲੈਂਡ ਦੇ ਹੁੰਦੇ ਨੇ ਪਾਉਂਡ ਉਰੀ ਈਡੀ ਆਊਗੀ ਈਡੀ ਆਪਸ਼ਨ ਤਾਂ ਈਡੀ ਆਪਸ਼ਨ ਤੁਹਾਡੀ ਆ ਜੂਗੀ ਇਸ ਦਾ ਆਨਸਰ ਇਸ ਵਾਰ ਸੇਮਾਗਾ ਭਾਰਤ ਦੇ ਕਿਸ ਰਾਜ ਵਿੱਚ ਸਖਰਤਾ ਦਰ ਸਭ ਤੋਂ ਘੱਟ ਜਾਨਕੀ 63.8% ਹੈ ਇਹਨਾਂ ਵਿੱਚ ਆਪਾਂ ਦੇਖਣਾਗਾ ਠੀਕ ਹੈ ਜੀ ਇਸ ਦਾ ਜਿਹੜਾ ਮੈਨੂੰ ਆਨਸਰ ਆ ਗਿਆ ਜਿਹੜਾ ਹਜੇ ਕਲੀਅਰ ਨਹੀਂ ਹੋਇਆ ਇਸ ਦਾ ਆਨਸਰ ਜਾਂ ਤਾਂ ਆਊਗਾ ਤੁਹਾਡਾ ਹਾਂਜੀ ਬਿਹਾਰ ਆਊਗਾ ਜਾਂ ਝਾਰਖੰਡ ਆਊਗਾ ਠੀਕ ਹੈ ਜੀ ਇਹਨਾਂ ਦੇ ਦੋਨਾਂ ਦੇ ਵਿੱਚੋਂ ਇੱਕ ਆਨਸਰ ਆਊਗਾ ਜਲਦੀ ਮੈਨੂੰ ਨੀਚੇ ਕਮੈਂਟ ਬਾਕਸ ਵਿੱਚ ਦੱਸੋ ਬਿਨਾਂ ਸਹੀ ਮੇ ਦਾ ਆਨਸਰ ਇਹਨਾਂ ਦੇ ਵਿੱਚੋਂ ਕਿਹੜਾ ਆਊਗਾ ਇਹਨਾਂ ਦੋਨਾਂ ਦੇ ਵਿੱਚੋਂ ਹੀ ਬਣੂਗਾ ਜਲਦੀ ਦੱਸੋ ਬਿਨਾਂ ਰਾਜ ਵਿੱਚ ਸੱਖਰਤਾ ਦਾ ਸਭ ਤੋਂ ਘੱਟ ਹੈ ਠੀਕ ਹੈ ਜੀ ਰਾਜ ਵਿੱਚ ਸੱਖਰਤਾ ਦਰ ਸਭ ਤੋਂ ਘੱਟ ਕਿਹਨਾਂ ਦੇ ਵਿੱਚੋਂ ਇਹਨਾਂ ਦੋਨਾਂ ਦੇ ਵਿੱਚੋਂ ਕਿਸ ਦਾ ਜਿਹੜਾ ਘੱਟ ਆਗਾ ਠੀਕ ਹੈ ਜੀ ਯਾਨੀ ਕਿ ਚਾਰਾਂ ਦੇ ਵਿੱਚੋਂ ਹੀ ਆ ਵੈਸੇ ਇਹਨਾਂ ਦੇ ਆਨਸਰ ਹੈ ਜਿਹੜਾ ਇਹਨਾਂ ਦੋਨੇ ਆਪਸ਼ਨਾਂ ਵਿੱਚੋਂ ਬਣੂਗਾ ਜਲਦੀ ਦੱਸੋ ਮੈਨੂੰ ਸਹੀ ਮੇ ਦਾ ਆਨਸਰ ਕੀ ਬਣੂਗਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਸੱ ਕਿਹੜੀ ਪ੍ਰਾਚੀਨ ਨਦੀ ਦੀ ਹੋਂਦ ਹੁਣ ਖਤਮ ਹੋ ਚੁੱਕੀ ਹੈ ਕਿਹੜੀ ਪ੍ਰਾਚੀਨ ਨਦੀ ਹੈ ਜਿਹੜੀ ਉਸ ਦੀ ਜਿਹੜੀ ਹੋਂਦ ਆ ਗਈ ਉਹ ਖਤਮ ਹੋ ਚੱਲੀ ਆ ਮਤਲਬ ਉਹ ਜਿਹੜੀ ਨਦੀ ਹੈਗੀ ਖਤਮ ਹੋ ਚੁੱਕੀ ਆ ਤਾਂ ਇਹ ਆਊਗੀ ਸਰਸਵਤੀ ਨਦੀ ਜਿਹੜੀ ਉਹ ਖਤਮ ਹੋ ਚੱਕੀ ਆ ਠੀਕ ਹੈ ਜੀ ਤੁਹਾਡਾ ਆਨਸਰ ਹੈਗਾ ਈਡੀ ਇਸ ਤੋਂ ਬਾਅਦ ਅੱਠਵਾਂ ਗੁਰਦੁਆਰਾ ਪੰਜਾ ਸਾਹਿਬ ਕਿੱਥੇ ਸਥਿਤ ਹੈ ਠੀਕ ਹੈ ਜੀ ਗੁਰਦੁਆਰਾ ਪੰਜਾ ਸਾਹਿਬ ਆ ਜਿਹੜਾ ਉਹ ਹੈਗਾ ਪਾਕਿਸਤਾਨ ਦੇ ਵਿੱਚ ਸਥਿਤ ਹੈ ਇਸ ਤੋਂ ਬਾਅਦ ਨੌਵਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਦਾ ਨਾਂ ਕੀ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਨੀ ਸੋਰੀ ਸੁਪਤਰੀਆਂ ਸੁਪਤਨੀ ਦਾ ਨਾਮ ਕੀ ਸੀ ਜਾਨਕੀ ਉਹਨਾਂ ਦੇ ਘਰ ਵਾਲਿਆਂ ਘਰ ਵਾਲੀ ਦਾ ਨਾਮ ਕੀ ਸੀਗਾ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਜਾਨਕੀ ਸੁਪਤਨੀ ਦਾ ਨਾਮ ਹਾਂਜੀ ਇਸ ਦਾ ਨੋਮੇ ਦਾ ਆਨਸਰ ਆਊਗਾ ਤੁਹਾਡੀ ਈਡੀ ਜਾਨਕੀ ਮਾਦ ਲਖੀ ਵੀ ਜੀ ਸੀਗਾ ਇਸ ਤੋਂ ਬਾਅਦ 10ਵਾਂਗਾ ਇਥੇ ਆਊਗਾ ਦਿੱਲੀ ਨੋਟ ਕਰ ਲਓ ਦਿੱਲੀ ਇੱਥੇ ਥੋੜਾ ਜਿਹਾ ਉਹ ਚੱਚਾ ਬਾ ਰੱਖਿਆ ਨੇ ਦੰਦੀ ਜਗਾ ਤੇ ਹਾਂਜੀ ਇਸ ਦਿੱਲੀ ਵਿੱਚ ਲੋਕਤੰਤਰ ਦੀ ਮੁੜ ਬਹਾਲ ਕਦੋਂ ਹੋਈ ਠੀਕ ਹੈ ਜੀ ਮੁੜ ਬਹਾਲੀ ਐਸੀ ਜਿਹੜੀ ਉਹ ਕਦੋਂ ਹੋਈ ਸੀਗੀ ਤਾਂ ਜਿਹੜਾ 10ਵੇਂ ਦਾ ਆਨਸਰ ਹੈਗਾ ਉਹ ਆਊਗਾ 1990 ਯਾਨੀ ਕਿ ਐਡ ਆਪਸ਼ਨ ਟਿਕ ਕਰ ਲਓ 11ਵਾਂ ਦਾ ਹੇਟ੍ਰਿਕਾਂ ਵਿੱਚੋਂ ਕਿਹੜਾ ਮੈਂਬਰ ਦੇਸ਼ ਸੁਰੱਖਿਆ ਪ੍ਰੀਸ਼ਦ ਦਾ 27 ਮੈਂਬਰ ਨਹੀਂ ਹੈ ਇਹਨਾਂ ਦੇ ਵਿੱਚੋਂ ਆਪਾਂ ਨੇ ਦੱਸਣਾਗਾ ਹਾਂਜੀ ਜਿਹੜਾ ਤੁਹਾਡਾ 11ਵਾਂ ਦਾ ਆਨਸਰ ਹੈਗਾ ਉਹ ਆਊਗਾ ਤੁਹਾਡੀ ਈਡੀ ਯਾਨੀ ਕਿ ਭਾਰਤ ਠੀਕ ਹੈ ਭਾਰਤ ਨੋਟ ਕਰ ਲਓ ਇਸ ਵਾਰ ਹੈਗਾ ਤੁਹਾਡਾ 12ਵਾਂ ਪਾਰ ਦੀ ਵੰਡ ਦੀ ਘੋਸ਼ਣਾ ਕਦੋਂ ਕੀਤੀ ਗਈ ਠੀਕ ਹੈ ਭਾਰਤ ਵੰਡ ਦੀ ਜਿਹੜੀ ਘੋਸ਼ਣਾ ਸੀ ਉਹ ਕਿੰਨੋਂ ਕੀਤੀ ਗਈ ਸੀਗੀ ਹਾਂਜੀ ਉਹ ਇਸ ਦਾ ਤੁਹਾਡਾ ਆਨਸਰ ਹੈਗਾ ਇਹਨਾਂ ਦੇ ਵਿੱਚੋਂ ਆਊਗਾ 12ਵੇਂ ਦਾ ਆਨਸਰ ਬਣ ਜੂਗਾ ਐਡ ਆਪਸ਼ਨ ਯਾਨੀ ਕਿ 3 ਜੂਨ 1947 ਦੇ ਵਿੱਚ ਜਿਹੜੀ ਵੰਡ ਹੋ ਗਈ ਸੀ ਇਸ ਤੋਂ ਬਾਅਦ ਹੈਗਾ ਭਾਗ ਐਡਾ ਭਾਗ ਐਡ ਦੇ ਵਿੱਚ ਆਉਣਗੇ ਤੁਹਾਨੂੰ ਖਾਲੀ ਥਾਵਾਂ ਨਹੀਂ ਗਈਆਂ ਠੀਕ ਹੈ ਜੀ ਜਿਵੇਂ ਕਿ ਦਿੱਤੀ ਹੋਣੀ ਚਾਰ ਪਹਿਲੀ ਹੈਗਾ ਰੁਪਏ ਸਿੱਕੀ ਅਤੇ ਚੈੱਕ ਦੋਸ ਦੇ ਵੱਖ-ਵੱਖ ਰੂਪ ਹਨ ਕਿਸ ਦੇ ਵੱਖ-ਵੱਖ ਰੂਪ ਨੇ ਉਰੀ ਲਿਖ ਸਕਦੇ ਤੁਸੀਂ ਧਨ ਲਿਖ ਸਕਦੇ ਹੋ ਠੀਕ ਹੈ ਜੀ ਧਨ ਅਤੇ ਜਾਂ ਤੁਸੀਂ ਲਿਖ ਸਕਦੇ ਹੋ ਮੋਦਰਾ ਠੀਕ ਹੈ ਜੀ ਜਾਂ ਧਨ ਜਾਂ ਮੋਦਰਾ ਲਿਖ ਦਿਓ ਤੇ ਤੁਹਾਡਾ ਆਨਸਰ ਠੀਕ ਹੋ ਜਾਊਗਾ ਨੋਟ ਕਰ ਲਓ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਉਹ ਸਾਰੀਆਂ ਗਤੀਵਿਧੀਆਂ ਜੋ ਕਿ ਮਨੁੱਖ ਦੁਆਰਾ ਧਨ ਕਮਾਉਣ ਲਈ ਕੀਤੀ ਜਾਂਦੀਆਂ ਹਨ ਉਹਨਾਂ ਨੂੰ ਡੈਸ਼ ਕਹਿੰਦੇ ਹਨ ਉਸ ਨੂੰ ਆਪਾਂ ਕੀ ਕਹਣੇਗੇ ਉਹ ਆਊਗਾ ਤੁਹਾਡਾ ਆਰਥਿਕ ਕਿਰਿਆ ਜਾਨੀ ਮੈਂ ਲਿਖ ਕੇ ਦਿਖਾ ਦਿੰਦਾ ਤੁਹਾਨੂੰ ਠੀਕ ਹੈ ਜੀ ਆਰਥਿਕ ਕਿਰਿਆ ਠੀਕ ਹੈ ਜੀ ਆਰਥਿਕ ਕੇਰਿਆ ਤੁਹਾਡਾ ਜਿਹੜਾ ਆਨਸਰ ਹੈਗੇ ਨੋਟ ਕਰ ਲਓ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈਗਾ ਤੀਜਾ ਡੈਮੋਕ੍ਰੇਸੀ ਡੈਸ਼ ਪਾਸਾ ਦੇ ਦੋ ਸ਼ਬਦਾਂ ਡੈਮੋਸ ਅਤੇ ਕ੍ਰੇਟੀਆਂ ਤੋਂ ਮਿਲ ਕੇ ਬਣਿਆ ਹੈ ਉਹ ਕਿਹੜੀ ਪਾਸਾ ਦੇ ਦੋ ਸ਼ਬਦ ਨੇਗੇ ਠੀਕ ਹੈ ਜੀ ਇਹ ਦੱਸਣਾ ਹੈਗਾ ਆਪਾਂ ਨੇ ਤਾਂ ਜਿਹੜਾ ਤੁਹਾਡਾ ਤੀਜੇ ਦਾ ਆਨਸਰ ਹੈਗਾ ਹਾਂਜੀ ਜਿਹੜਾ ਤੀਜੇ ਦਾ ਆਨਸਰ ਹੈਗਾ ਉਹ ਆਊਗਾ ਜੁਨਾਨੀ ਠੀਕ ਹੈ ਜੀ ਜੁਨਾਨੀ ਨੋਟ ਕਰ ਲਓ ਯੂ ਨਾਨੀ ਯਈਆ ਪਊਗਾ ਠੀਕ ਹੈ ਜੁਨਾਨੀ ਇਸ ਤੋਂ ਬਾਅਦ ਹੈਗਾ ਤੁਹਾਡਾ ਚੌਥਾ ਚੌਥਾ ਹੀ ਕਹਿ ਰਿਹਾ ਗੁਰੂ ਨਾਨਕ ਦੇਵ ਜੀ ਨੇ 1522 ਇਸਵੀ ਵਿੱਚ ਰਾਵੀ ਨਦੀ ਦੇ ਕੰਡੇ ਡੈਸ਼ ਨਗਰ ਬਸਾਇਆ ਠੀਕ ਹੈ ਜੀ ਕਿਹੜਾ ਨਗਰ ਬਸਾਇਆ ਸੀਗਾ ਗੁਰੂ ਨਾਨਕ ਦੇਵ ਜੀ ਨੇ ਤਾਂ ਇਹ ਆਊਗਾ ਕਰਤਾਰਪੁਰ ਸਾਹਿਬ ਠੀਕ ਹੈ ਜੀ ਕਰਤਾਰ ਹਾਂਜੀ ਕਰਤਾਰਪੁਰ ਸਾਹਿਬ ਨੋਟ ਕਰ ਲਓ ਇਸ ਦਾ ਆਨਸਰ ਹੈ ਤੁਹਾਡਾ ਇਸ ਤੋਂ ਬਾਅਦ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ ਅੱਗੇ ਆਗੇ ਤੁਹਾਨੂੰ ਸਹੀ ਜਾਂ ਗਲਤ ਵਾਲੇ ਹਾਂਜੀ ਪਹਿਲਾ ਸਹੀ ਗਲਤ ਹੈਗਾ ਅਨੰਦਪੁਰ ਸਾਹਿਬ ਦੇ ਨੇੜੇ ਕੰਡੀ ਖੇਤਰ ਨੂੰ ਜੰਗਲ ਕਿਹਾ ਜਾਂਦਾ ਹੈ ਕੰਢੀ ਖੇਤਰ ਨੂੰ ਜੰਗਲ ਕਿਹਾ ਜਾਂਦਾ ਹੈ ਤਾਂ ਜਿਹੜਾ ਇਸ ਦਾ ਆਨਸਰ ਹੈਗਾ ਤੁਹਾਡਾ ਫਸਟ ਦਾ ਹੈ ਤਾਂ ਇਸ ਦਾ ਆਨਸਰ ਆਊਗਾ ਤੁਹਾਡਾ ਹਾਂਜੀ ਇਸ ਦਾ ਠੀਕ ਹੈ ਤਾਂ ਇਸ ਤੋਂ ਬਾਅਦ ਦੂਜਾ ਹੈਗਾ ਇੱਕ ਗ੍ਰਾਹੀ ਹਾਂਜੀ ਇੱਕ ਗ੍ਰਹਿਣੀ ਦਾ ਆਪਣੇ ਘਰ ਵਿੱਚ ਕੰਮ ਕਰਨਾ ਠੀਕ ਹੈ ਜੀ ਇੱਕ ਆਰਥਿਕ ਰਿਆ ਹੈ ਹਾਂਜੀ ਇਸ ਦਾ ਆਪਾਂ ਆਨਸਰ ਦੇਖ ਦਿਆਂਗੇ ਹਾਂ ਜਿਹੜਾ ਤੁਹਾਡਾ ਇਸ ਦਾ ਆਨਸਰ ਹੈਗਾ ਦੂਜੇ ਦਾ ਇਸ ਦਾ ਆਨਸਰ ਆਊਗਾ ਤੁਹਾਡਾ ਹਾਂਜੀ ਇਸ ਦਾ ਹੋਊਗਾ ਗਲਤ ਠੀਕ ਹੈ ਜੀ ਗਲਤ ਤੇ ਟਿੱਕ ਲਗਾਵਾਂਗੇ ਇਸ ਤੋਂ ਬਾਅਦ ਤੀਜਾ ਹੈਗਾ ਸੰਸਾਰ ਵਿੱਚ ਲੋਕਤੰਤਰ ਦਾ ਆਰੰਭ ਜੁਨਾਨ ਤੇ ਰੋਮਨ ਗਨਰਾਜਾਂ ਤੋਂ ਹੋਇਆ ਠੀਕ ਹੈ ਇਹਨਾਂ ਦੋਨੀਆਂ ਰਾਜਾਂ ਤੋਂ ਹੋਇਆ ਸੀਗਾ ਹਾਂਜੀ ਬਿਲਕੁਲ ਸਹੀ ਹੈਗਾ ਠੀਕ ਹੈ ਜੀ ਲੋਕਤੰਤਰ ਦਾ ਆਰੰਭ ਤਾਂ ਇਹ ਤੁਹਾਡੇ ਸਹੀ ਦਾ ਗਲਤ ਵਾਲੇ ਕਰਵਾ ਦਿੱਤੇ ਨੇ ਮੈਂ ਇਸ ਤੋਂ ਬਾਅਦ ਆਗਣ ਤੋਂ ਇੱਕ ਨੰਬਰਾਂ ਵਾਲੇ ਹੈਗੇ ਤੁਹਾਨੂੰ ਪੰਜ ਯਾਨੀ ਕਿ ਤੁਸੀਂ ਨੇ ਇੱਕ ਜਾਂ ਦੋ ਸ਼ਬਦਾਂ ਦੇ ਵਿੱਚ ਦੇਣੇ ਨੇ ਜੁਨਾਨੀਆਂ ਨੇ ਪੰਜਾਬ ਨੂੰ ਕੀ ਨਾਂ ਦਿੱਤਾ ਜਿਹੜੇ ਜੁਨਾਨੀ ਸੀਗੇ ਉਹਨਾਂ ਨੇ ਪੰਜਾਬ ਨੂੰ ਦਿੱਤਾ ਸੀਗਾ ਪੈਂਟਾਪੋਟਾਮੀਏ ਦਾ ਨਾਮ ਦਿੱਤਾ ਸੀਗਾ ਨੋਟ ਕਰ ਲਓ ਇਹਨਾਂ ਦੀ ਸਪੈਲਿੰਗ ਹਾਂਜੀ ਪੈਂਟਾ ਹਾਂਜੀ ਪੋਟਾਮੀਆ ਠੀਕ ਹੈ ਪੈਂਟਾਪੋਟਾਮੀਏ ਜਿਹੜਾ ਤੁਹਾਡਾ ਇਗਜ਼ਾਮਸਰ ਹੈ ਇੱਕ ਮਿੰਟ ਮੈਂ ਤੁਹਾਨੂੰ ਇਹ ਲਿਖੇ ਹੋਏ ਵੀ ਦਿਖਾ ਦੂੰਗਾ ਇੱਕ ਵਾਰੀ ਤੁਸੀਂ ਇਹਨਾਂ ਨੂੰ ਨੋਟ ਕਰ ਲਓ ਜਿਵੇਂ ਕਿ ਦੂਜਾ ਹੈ ਭਾਰਤ ਦਾ ਸੰਵਿਧਾਨ ਸੁਧਾਨੀਕ ਨਾਮ ਕੀ ਸੀ ਠੀਕ ਹੈ ਜੀ ਉਹ ਆਊਗਾ ਤੁਹਾਡਾ ਭਾਰਤ ਗਨਰਾਜ ਇੱਕ ਵਾਰ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਪਹਿਲਾ ਹੈਗਾ ਤੁਹਾਡਾ ਪੈਂਟਾਪੋਟਾਮੀਆ ਦੂਜਾ ਹੋ ਗਿਆ ਤੁਹਾਡਾ ਭਾਰਤ ਗਨਰਾਜ ਨੋਟ ਕਰ ਲਓ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈਗਾ ਤੁਹਾਡਾ ਜਿਵੇਂ ਕਿ ਦੇਖ ਸਕਦੇ ਹੋਗੇ ਤੀਜਾ ਹੈ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਠੀਕ ਹੈ ਜੀ ਪੰਜਾਬ ਨੂੰ ਕਦੋਂ ਸ਼ਾਮਿਲ ਕੀਤਾ ਗਿਆ ਸੀਗਾ ਉਹ ਕੀਤਾ ਗਿਆ ਸੀਗਾ 1800 ਠੀਕ ਹੈ ਜੀ 49 ਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਦੇਖਦੇ ਹਾਂਗੇ ਅਗਲਾ ਹਾਂਜੀ ਅਗਲਾ ਪ੍ਰਸ਼ਨ ਕੀ ਹੈਗਾ ਚੌਥਾ ਉਲਮਾ ਕੌਣ ਸਨ ਉਲਮਾ ਕੌਣ ਸਨ ਉਹ ਦੱਸਣਾ ਆਪਣੇ ਹਾਂਜੀ ਉਲਮਾ ਸੀਗੇ ਜਿਹੜੇ ਮੁਸਲਿਮ ਧਾਰਮਿਕ ਹਾਂਜੀ ਮੁਸਲਿਮ ਧਾਰਮਿਕ ਨੇਤਾ ਸਨ ਠੀਕ ਹੈ ਜੀ ਮੁਸਲਿਮ ਧਾਰਮਿਕ ਨੇਤਾ ਸਨ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈਗਾ ਤੁਹਾਡਾ ਜਿਵੇਂ ਕਿ ਦੇਖ ਸਕਦੇ ਹੋ ਭਾਰਤੀ ਸੰਵਿਧਾਨ ਵਿੱਚ ਦਰਜ ਜਿਵੇਂ ਕਿ ਸੰਵਰਤੀ ਸੂਚੀ ਕਿਹੜੇ ਦੇਸ਼ ਤੋਂ ਲਈ ਗਈ ਹੈ ਉਹ ਲਈ ਗਈ ਆ ਆਸਟ੍ਰੇਲੀਆ ਤੋਂ ਠੀਕ ਹੈ ਜੀ ਮੈਂ ਕੋਲ ਤੁਹਾਨੂੰ ਆਨਸਰ ਦਿਖਾ ਦਿੰਨਾ ਹਾਂਜੀ ਇਸ ਤਰ੍ਹਾਂ ਲਿਖਣਾ ਤੁਸੀਂ ਨੀ ਸਪੈਲਿੰਗ ਤਾਂ ਇਹ ਨੋਟ ਕਰ ਲਓ ਆਸਟ੍ਰੇਲੀਆ ਪੰਜ ਦੇ ਪੰਜ ਇਹ ਤੁਹਾਡਾ ਆਸਣ ਦੇ ਨੋਟ ਕਰ ਦਿਓ ਇਹਨਾਂ ਨੂੰ ਇਸ ਤੋਂ ਬਾਅਦ ਆਪਾਂ ਅਗਲੇ ਵੱਡੇ ਪ੍ਰਸ਼ਨੇ ਵੱਲ ਵੱਧਦੇ ਹਾਂ ਹਾਂਜੀ ਵੱਡੇ ਆ ਗਏ ਨੇ ਭਾਗ ਈਡੀ ਦੇ ਵਿੱਚ ਨੇ ਕਿ ਜਿਹੜੇ ਤੁਹਾਨੂੰ 8 ਪ੍ਰਸ਼ਨ ਆਉਣਗੇ ਠੀਕ ਹੈ ਜੀ 8ਾਂ ਦੇ ਜਿਹੜੇ ਉੱਤਰ ਨੇ ਕੋ ਤੁਸੀਂ ਨੇ 2-3 ਇਹਨਾਂ ਦੇ ਵਿੱਚ ਦੇਣੇ ਨੇ ਜਿਹੜੀ ਕਿ ਹੈਗੇ ਨੇ 3-3 ਨੰਬਰ ਦੇ ਨੇਗੇ ਤਾਂ ਪਹਿਲਾ ਹੈਗਾ ਸਾਰਕ ਬਾਰੇ ਇੱਕ ਸੰਖੇਪ ਨੋਟ ਲਿਖੋ ਸਾਰਕ ਬਾਰੇ ਇੱਕ ਸੰਖੇਪ ਨੋਟ ਲਿਖਣਾਗਾ ਠੀਕ ਹੈ ਜੀ ਇਸ ਤੋਂ ਬਾਅਦ ਦੂਜਾ ਪ੍ਰਸ਼ਨ ਆਊਗਾ ਤੁਹਾਨੂੰ ਮੌਸਮੀ ਚੋ ਕੀ ਹੁੰਦੀ ਹਨ ਉਦਾਹਰਨ ਦੇ ਕੇ ਸਪਸ਼ਟ ਕਰੋ ਪਹਿਲਾਂ ਮੈਂ ਤੁਹਾਨੂੰ ਸਾਰੇ ਜਿਹੜੇ ਕਵੈਸ਼ਨ ਪੜ੍ਹ ਕੇ ਦੱਸ ਦੇਣਾ ਉਸ ਤੋਂ ਬਾਅਦ ਮੈਂ ਕੱਲੇ-ਕੱਲੇ ਦਾ ਆਨਸਰ ਖਵਾਉਣਾਗਾ ਤੀਜਾ ਭਾਰਤੀ ਇਤਿਹਾਸ ਦੇ ਸਰੋਧ ਕਿੰਨੇ ਪ੍ਰਕਾਰ ਦੇ ਹਨ ਆਰਥਿਕ ਅਤੇ ਅਨਾਰਥਿਕ ਕਿਰਿਆਵਾਂ ਵਿੱਚ ਅੰਤਰ ਲਿਖੋ ਇਹ ਬੈਰੀ ਬੈਰੀ ਇੰਪੋਰਟੈਂਟ ਹੈ ਠੀਕ ਹੈ ਜਿਸ ਤੋਂ ਬਾਅਦ ਪੰਜਵਾਂ ਗਾ ਮਨੁੱਖੀ ਪੂੰਜੀ ਨਿਰਮਾਣ ਵਿੱਚ ਸਿੱਖਿਆ ਦੀ ਕੀ ਭੂਮਿਕਾ ਹੈ ਸਿਮਾ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦਵਾਰ ਕਿਉਂ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਸੱਤਮਾ ਅੰਮ੍ਰਿਤਸਰ ਦੀ ਸਥਾਪਨਾ ਤੇ ਨੋਟ ਲਿਖੋ ਇਹ ਵੀ ਕਾਫੀ ਇੰਪੋਰਟੈਂਟ ਹੈ ਇਸ ਤੋਂ ਅੱਠਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ਇਹ ਵੀ ਕਾਫੀ ਇੰਪੋਰਟੈਂਟ ਹੈ ਠੀਕ ਹੈ ਜਿਸ ਤੋਂ ਬਾਅਦ ਸਰਬ ਵਿਆਪਕ ਬਾਲਗ ਮਾਸਤ ਅਧਿਕਾਰ ਤੋਂ ਕੀ ਭਾਵੇਂ ਇਹ ਵੀ ਕਾਫੀ ਇੰਪੋਰਟੈਂਟ ਹੈ ਚਲੋ ਮੈਂ ਤੁਹਾਨੂੰ ਕੱਲੇ ਕੱਲੇ ਦਾ ਆਨਸਰ ਦਿਖਾ ਦੇਣਾ ਸਭ ਤੋਂ ਪਹਿਲਾਂ ਮੈਂ ਕਰਵਾਉਣਾ ਤੁਹਾਨੂੰ ਸਾਰਕ ਬਾਰੇ ਨੋਟ ਠ ਸਾਰਕ ਬਾਰੇ ਇੱਕ ਸੰਖੇਪ ਨੋਟ ਸਾਰਕ ਦਾ ਪੂਰਾ ਨਾਮ ਦੱਖਣੀ ਏਸ਼ੀਆ ਠੀਕ ਹੈ ਜੀ ਖੇਤਰੀ ਸਹਿਯੋਗ ਸੰਗਠਨ ਹੈ ਸਾਰਕ ਇਸ ਦੱਖਣੀ ਏਸ਼ੀਆ ਦੇ 8 ਦੇਸ਼ਾਂ ਭਾਰਤ ਪਾਕਿਸਤਾਨ ਅਫਗਾਨਿਸਤਾਨ ਬੰਗਲਾਦੇਸ਼ ਭੂਟਾਨ ਮਾਲਦੀਵ ਸ਼੍ਰੀਲੰਕਾ ਤੇ ਨੇਪਾਲ ਦਾ ਇੱਕ ਸਮੂਹ ਹੈ ਇਹ ਸੰਗਠਨ 8 ਦਸੰਬਰ 1985 85 ਨੂੰ ਬਣਿਆ ਇਸ ਸੰਗਠਨ ਦਾ ਮੁੱਖ ਉਪਦੇਸ਼ ਠੀਕ ਹੈ ਜੀ ਜਿਵੇਂ ਕਿ ਉਦੇਸ਼ ਦੱਖਣੀ ਏਸ਼ੀਆ ਦੇਸ਼ਾਂ ਵਿੱਚ ਸਹਿਯੋਗ ਅਤੇ ਸ਼ਾਂਤੀ ਸਥਾਪਿਤ ਕਰਨਾ ਹੈ ਠੀਕ ਹੈ ਜੀ ਇਸ ਦਾ ਮੁੱਖ ਜਿਹੜਾ ਦਫ਼ਤਰ ਹੈਗਾ ਉਹ ਕਾੰਡ ਮੰਡੂ ਆ ਠੀਕ ਹੈ ਜੀ ਕਾਠ ਮੰਡੂ ਦੇ ਵਿੱਚ ਜਿਹੜਾ ਕਿ ਨੇਪਾਲ ਦੇ ਵਿੱਚ ਸਥਿਤ ਹੈਗਾ ਕਿ ਜੇ ਤੁਸੀਂ ਨੋਟ ਕਰ ਲੈਣਾ ਸਾਰਕ ਇਹ ਜਿਹੜਾ ਸਾਰਕ ਹੈ ਬਰੀ ਬਰੀ ਇੰਪੋਰਟੈਂਟ ਆ ਇਹ ਹਰ ਸਾਲ ਆ ਠੀਕ ਹੈ ਜੀ ਫਾਈਨਲ ਪੇਪਰਾਂ ਦੇ ਵਿੱਚ ਆਉਂਦਾ ਹੁੰਦਾ ਨੌਵੀਂ ਕਲਾਸ ਦੇ ਵਿੱਚ ਠੀਕ ਹੈ ਜੀ ਇਹਨੂੰ ਨੋਟ ਕਰ ਲੈਣਾ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈਗਾ ਮੌਸਮੀ ਚੋਹ ਕੀ ਹੁੰਦੀ ਹਨ ਉਦਾਹਰਨ ਦੇ ਕੇ ਸਪਸ਼ਟ ਕਰੋ ਕੁਝ ਚੋਹ ਯਾਨੀ ਕਿ ਨਾਲੇ ਠੀਕ ਹੈ ਜੀ ਗੰਦੇ ਨਾਲੇ ਹੁੰਦੇ ਨੇ ਜਿਹੜੇ ਠੀਕ ਹੈ ਜੀ ਆਮ ਤੌਰ ਤੇ ਤੁਸੀਂ ਦੇਖੀ ਹੋਣਗੇ ਠੀਕ ਹੈ ਜੀ ਵਰਖਾ ਦੇ ਮੌਸਮ ਵਿੱਚ ਵਹਿਣ ਲੱਗ ਜਾਂਦੇ ਹਨ ਜਦੋਂ ਬਰਸਾਤ ਨਹੀਂ ਹੁੰਦੀ ਉਦੋਂ ਕੋਸਕ ਮੌਸਮ ਹੋਣ ਕਾਰਨ ਇੰਨਾ ਵਿੱਚ ਪਾਣੀ ਸੁੱਕ ਜਾਂਦਾ ਹੈ ਹਾਂਜੀ ਤੁਸੀਂ ਨੋਟ ਕੀਤਾ ਹੋਊਗਾ ਜਦੋਂ ਮੀਂਹ ਪੈਂਦਾ ਹੁੰਦਾ ਠੀਕ ਹੈ ਜਿਹੜਾ ਮੀਂਹ ਹੁੰਦਾ ਸਾਰਾ ਮੀਂਹ ਦਾ ਪਾਣੀ ਠੀਕ ਹੈ ਜੀ ਉਹ ਸਾਰੇ ਨਾਲਿਆਂ ਦੇ ਵਿੱਚ ਚਲੇ ਜਾਂਦਾ ਹੈ ਤੇ ਜਦੋਂ ਮੀਂਹ ਪੈਂਦਾ ਨਹੀਂ ਉਦੋਂ ਜਿਹੜੇ ਹੁੰਦੇ ਨੇਗੇ ਉਹ ਨਾਲੇ ਸੁੱਕ ਜਾਂਦੇ ਨੇ ਇਸ ਤਰ੍ਹਾਂ ਦੇ ਚੋਹਾਂ ਨੂੰ ਹੀ ਮੌਸਮੀ ਚੋਹ ਕਿਹਾ ਜਾਂਦਾ ਹੈ ਮੌਸਮੀ ਮਤਲਬ ਜਦੋਂ ਮੌਸਮ ਹੁੰਦਾਗਾ ਮੀਂਹ ਵਾਲਾ ਠੀਕ ਜਿਹੜੇ ਚੌ ਹੁੰਦੇ ਨੇ ਮਤਲਬ ਨਾਲੇ ਹੁੰਦੇ ਨੇ ਉਹ ਭਰੇ ਹੁੰਦੇ ਨੇ ਤਾਂ ਕਰਕੇ ਇਹਨਾਂ ਨੂੰ ਮੌਸਮੀ ਚੌ ਕਹਾ ਜਾਂਦਾ ਹੈ। ਰੋਪੜ ਵਿੱਚ ਬਹੁਤ ਜ਼ਿਆਦਾ ਠੀਕ ਹੈ ਜੀ ਮੌਸਮੀ ਨਾਲੇ ਪਾਏ ਜਾਂਦੇ ਹਨ। ਇੱਥੇ ਇਹਨਾਂ ਨੂੰ ਠੀਕ ਹੈ ਜੀ ਰੋ ਅਤੇ ਘਾੜ ਵੀ ਕਿਹਾ ਜਾਂਦਾ ਹੈ। ਹਾਂਜੀ ਰੋ ਅਤੇ ਘਾੜ ਵੀ ਕਿਹਾ ਜਾਂਦਾ ਹੈ। ਨੋਟ ਕਰ ਲਓ ਇਸ ਆਨਸਰ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਭਾਰਤੀ ਇਤਿਹਾਸ ਦੇ ਠੀਕ ਹੈ ਜੀ ਸਰੋਤ ਕਿੰਨੀ ਪ੍ਰਕਾਰ ਦੇ ਹਨ ਹਾਂਜੀ ਆਪਾਂ ਦੱਸਣਾਗਾ ਠੀਕ ਹੈ ਮੱਧਕਾਲੀ ਭਾਰਤੀ ਇਤਿਹਾਸ ਦੀ ਜਾਣਕਾਰੀ ਲਈ ਦੋ ਤਰ੍ਹਾਂ ਦੇ ਠੀਕ ਹੈ ਇਤਿਹਾਸਿਕ ਹਾਂਜੀ ਮਿਲਦੇ ਹਨ ਇਹ ਹੈਗੇ ਨੇ ਪ੍ਰਾਤਤਵ ਅਤੇ ਸਰੋਤ ਅਤੇ ਸਾਹਿਤ ਸਰੋਤ ਯਾਨੀ ਕਿ ਦੋ ਪ੍ਰਕਾਰ ਦੇ ਨੇਗੇ ਪ੍ਰਾਤਵਿਕ ਅਤੇ ਸਾਹਿਤ ਸਰੋਤ ਠੀਕ ਹੈ ਜੀ ਜੇਕਰ ਤੁਸੀਂ ਨੇ ਇਹ ਵੱਡਾ ਲਿਖਣਾ ਤੁਸੀਂ ਆਹ ਨੀਚੋਂ ਵੀ ਦੇਖ ਸਕਦੇ ਹੋਗੇ ਇਹਨਾਂ ਨੇ ਕਾਫੀ ਵੱਡਾ ਦਿੱਤਾ ਹੋਇਆਗਾ ਪੁਆਇੰਟ ਵਗੈਰਾ ਬਣਾਏ ਹੋਏ ਨੇ ਜਿਵੇਂ ਕਿ ਸਭ ਤੋਂ ਪਹਿਲਾਂ ਨੇ ਦਿੱਤਾਗਾ ਪ੍ਰਾਤਵਿਕ ਦਾ ਸਰੋਤ ਬਾਰੇ ਇਹਨਾਂ ਨੇ ਦਿੱਤਾ ਹੋਇਆਗਾ ਜਿਵੇਂ ਕਿ ਤੁਸੀਂ ਪੜਸਾਗੇ ਕਿ ਇਸ ਨੂੰ ਅਧਿਥਵਾਤ ਪ੍ਰਾਚੀਨ ਸਮਾਰਕ ਜਾਂ ਇਮਾਰਤਾਂ ਠੀਕ ਹੈ ਜੀ ਇਸ ਨੂੰ ਪੜ ਲੈਣਾ ਬੈਸਤ ਤੰਨੇ ਨੰਬਰ ਚ ਤੁਸੀਂ ਉਤਰਾ ਲਿਖ ਦਿਓ ਤੁਹਾਨੂੰ ਦੇ ਦਊ ਤੁਹਾਡਾ ਟੀਚਰ ਨੰਬਰ ਜਿਹੜੀ ਨੇ ਇਹਦੀ ਦੋ ਟਾਈਪਸ ਨਹੀਂਗੇ ਤੁਹਾਨੂੰ ਦੇ ਸਕਦਾਗਾ ਬਟ ਕਈ ਟੀਚਰ ਹੁੰਦੇ ਨੇ ਕਿ ਜਿਹੜੇ ਕਾਫੀ ਲੈਂਥੀ ਕੁਐਸਚਨ ਮੰਗਦੇ ਨੇਗੇ ਆਨ ਪੜ੍ਹ ਲੈਣਾ ਹੈ ਠੀਕ ਹੈ ਜਿਹੜੇ ਨੀਚੇ ਦਿੱਤਾ ਹੋਇਆ ਅਤੇ ਇਸ ਦੇ ਨਾਲ ਹੋਰ ਵੀ ਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਦੂਜਾ ਹਾਂਜੀ ਸਿਲਾ ਲੇਖ ਸਿਲਾ ਲੇਖ ਸਾਨੂੰ ਮੋਢਲੇ ਜਿਵੇਂ ਕਿ ਦਿੱਤਾ ਹੋਇਆ ਪਆਇੰਟੇਸ਼ਨ ਨੂੰ ਪੜ ਲੈਣਾ ਤੀਜਾ ਹੈਗਾ ਸਿੱਕੇ ਸਾਨੂੰ ਮੱਧਕਾਲ ਦੇ ਬਹੁਤ ਸਾਰੇ ਸਿੱਕੇ ਪ੍ਰਾਪਤ ਹੋਏ ਹਨ ਹਾਂਜੀ ਇਸ ਨੂੰ ਪੜ ਲੈਣਾ ਜੰਗੀ ਤਰ੍ਹਾਂ ਅਤੇ ਇਹ ਵੀ ਜਿਹੜਾ ਉਸ ਦੇ ਨਾਲ ਦਾ ਹੀ ਹੈ ਇਸ ਤੋਂ ਬਾਅਦ ਇੱਕ ਤਰਕਾਰੀ ਠੀਕ ਹੈ ਜੀ ਆ ਆ ਗਿਆ ਦੂਜਾ ਠੀਕ ਹੈ ਜੀ ਦੂਜੀ ਜਿਹੜੀ ਟਾਈਪ ਆ ਗਈ ਸਾਹਿਤਿਕ ਸਿੱਕੇ ਸਰੋਤ ਸਾਹਿਤਿਕ ਸਰੋਤਾਂ ਵਿੱਚ ਸਵੈ ਜੀਵਨੀਆਂ ਠੀਕ ਹੈ ਜਿਵੇਂ ਕਿ ਦਿੱਤਾ ਹੋਇਆ ਬੈਸੇ ਮੈਂ ਤੁਹਾਨੂੰ ਜਾਣਕਾਰੀ ਦੇਵਾਂ ਕਿ ਜਿਹੜੇ 3 ਨੰਬਰ ਦਾ ਇਹ ਕੌਂਸ਼ਨ ਹੈਗਾ ਤਾਂ ਤੁਸੀਂ ਜਿਹੜੇ ਇਸ ਦੇ ਨਾਲ ਦੇ ਜਿਹੜੇ 2 ਪੁਆਇੰਟ ਲਿਖ ਦਿਓ ਠੀਕ ਹੈ 2 ਨੰਬਰ ਤੱਕ 2 ਪੁਆਇੰਟ ਲਿਖ ਦਿਓ ਠੀਕ ਹੈ ਜੀ ਤਾਂ ਤੁਹਾਨੂੰ 3 ਨੰਬਰ ਮਿਲ ਜਾਣਗੇ ਜੇਕਰ ਇਹ 5 ਜਾਂ 6 ਨੰਬਰ ਵਿੱਚ ਆਉਂਦਾ ਹੈਗਾ ਕੋਈ ਵੀ ਸ਼ਨ ਤਾਂ ਤੁਸੀਂ ਇਹ ਸਾਰੇ ਲਿਖਣੇ ਹੁੰਦੇ ਆ ਅਤੇ ਇਸ ਨੂੰ ਵੀ ਪੜ੍ਹ ਦੇਣਾ ਅਤੇ ਇਸ ਦੇ ਜਿਹੜੇ ਅੱਗੇ ਪੁਆਇੰਟ ਨੇ ਦਿੱਤੀ ਨਹੀਂ ਕੋਈ ਤਾਂ ਤੁਸੀਂ ਉਰੇ ਤੱਕ ਇਹ ਪੜ੍ਹ ਦੇਣਾ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆਏਗਾ ਅਣ ਆਰਥਿਕ ਅਤੇ ਆਰਥਿਕ ਕਿਰਿਆਵਾਂ ਦੇ ਵਿੱਚ ਕੀ ਅੰਤਰ ਹੈ ਸਪਸ਼ਟ ਕਰਨਾ ਆਪਾਂ ਨੇ ਕਿਉਂਕਿ ਇਹਨਾਂ ਨੂੰ 3 ਪੁਆਇੰਟ ਦਿੱਤੇ ਹੋਣੇ ਕਿਉਂਕਿ 3 ਨੰਬਰ ਦੇ ਵਿੱਚ ਇੱਕ ਕੁਸ਼ਨ ਹੈਗਾ ਇਸ ਨੂੰ ਪੜੋ ਚੰਗੀ ਤਰ੍ਹਾਂ ਜਿਵੇਂ ਕਿ ਇਹ ਕਿਰਿਆਵਾਂ ਧਨ ਕਮਾਉਣ ਲਈ ਕੀਤੀ ਜਾਂਦੀਆਂ ਹਨ ਅਤੇ ਇਹ ਕਿਰਿਆਵਾਂ ਜਿਹੜੀਆਂ ਉਹ ਧਨ ਕਮਾਉਣ ਦੇ ਲਈ ਨਹੀਂ ਕੀਤੀ ਜਾਂਦੀਆਂ ਜਿਹੜੇ ਆਣ ਵਾਲੇ ਨੇ ਕਿ ਆਣ ਵਾਲੇ ਦੇ ਵਿੱਚ ਸਾਰਿਆਂ 'ਚ ਨਹੀਂ ਆਊਗਾ ਤਾਂ ਤੁਸੀਂ ਇੱਧਰ ਲਈ ਇਕੱਲੇ ਪੜ੍ਹ ਲਓ ਉਸ ਤੋਂ ਬਾਅਦ ਅਗਲੇ ਜਿਹੜੇ ਨਹੀਂ ਨਹੀਂ ਲਾਉਣਾ ਤੁਸੀਂ ਨੇ ਠੀਕ ਇਹਨਾਂ ਕਿਰਿਆਵਾਂ ਨਾਲ ਰਾਸ਼ਟਰੀ ਆਮਦਨ ਵਿੱਚ ਵਾਧਾ ਹੁੰਦਾ ਹੈ ਇਹਨਾਂ ਕਿਰਿਆਵਾਂ ਨਾਲ ਰਾਸ਼ਟਰੀ ਆਮਦਨ ਵਿੱਚ ਕੋਈ ਵੀ ਵਾਧਾ ਨਹੀਂ ਹੁੰਦਾ ਇਸ ਤੋਂ ਬਾਅਦ ਇਹ ਕ੍ਰਿਆਵਾਂ ਵਸਤਾ ਅਤੇ ਸਵਾਮਾ ਦੇ ਪ੍ਰਵਾਹ ਵਿੱਚ ਹਿੱਸਾ ਪਾਉਂਦੀਆਂ ਹਨ ਇਹ ਕ੍ਰਿਆਵਾਂ ਵਸਤਾ ਅਤੇ ਸਵਾਮਾ ਦੇ ਪ੍ਰਵਾਹ ਵਿੱਚ ਹਿੱਸਾ ਨਹੀਂ ਪਾਉਂਦੀਆਂ ਤਾਂ ਇਸ ਨੂੰ ਨੋਟ ਕਰ ਲੈਣਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸ਼ਨ ਹੈਗਾ ਠੀਕ ਹੈ ਜਿਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖਦੇ ਹਾਂ ਮਨੁੱਖੀ ਪੂੰਜੀ ਨਿਰਮਾਣ ਵਿੱਚ ਸਿੱਖਿਆ ਦੀ ਕੀ ਭੂਮਿਕਾ ਹੈ ਸਿੱਖਿਆ ਮਨੁੱਖ ਦੇ ਵਿਕਾਸ ਲਈ ਇੱਕ ਬਹੁਤ ਹੀ ਜ਼ਰੂਰੀ ਸਾਧਨ ਹੈ ਇਸ ਤੋਂ ਅਗਲਾ ਪੁਆਇੰਟ ਹੈ ਇਹ ਨਵੀਆਂ ਇੱਛਾਵਾਂ ਪ੍ਰਦਾਨ ਕਰਦੀ ਹੈ ਅਤੇ ਜ਼ਿੰਦਗੀ ਦੇ ਮੁੱਲਾਂ ਨੂੰ ਇਕਜੁੱਟ ਕਰਦੀ ਹੈ ਠੀਕ ਹੈ ਤੀਜਾ ਪੁਆਇੰਟ ਹੈ ਇਹ ਸਮੁੱਚੇ ਸਮਾਜ ਦੇ ਵਿਕਾਸ ਵਿੱਚ ਹਿੱਸਾ ਪਾਉਂਦੀ ਹੈ ਇਸ ਤੋਂ ਚੌਥਾ ਹੈਗਾ ਸਿੱਖਿਆ ਮਨੁੱਖ ਨੂੰ ਵਿਕਸਤ ਹੋਣ ਚੰਗਾ ਨਾਗਰਿਕ ਬਣਨ ਅਤੇ ਚੰਗੇ ਪੈਸੇ ਕਮਾਉਣ ਵਿੱਚ ਸਹਾਇਤਾ ਕਰਦੀ ਹੈ ਅਗਲਾ ਪੁਆਇੰਟ ਹੈ ਸਿੱਖਿਆ ਰਾਸ਼ਟਰੀ ਆਮਦਨ ਨੂੰ ਠੀਕ ਹੈ ਜੀ ਰਾਸ਼ਟਰੀ ਆਮਦਨ ਨੂੰ ਵਧਾਉਂਦੀ ਹੈ ਜਿਸ ਨਾਲ ਦੇਸ਼ ਦਾ ਆਰਥਿਕ ਵਿਕਾਸ ਹੁੰਦਾ ਹੈ ਹਾਂਜੀ ਇਹ ਤੁਸੀਂ ਨੇ ਪੜ ਲੈਣਾ ਮਨੁੱਖੀ ਪੂੰਜੀ ਨਿਰਮਾਣ ਦੀ ਸਿੱਖਿਆਵਾਂ ਬਾਰੇ ਇਹ ਕਵਿਸ਼ਨ ਹੈਗਾ ਚੰਗੀ ਤਰ੍ਹਾਂ ਇਸ ਨੂੰ ਪੜੋ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਆਪ ਦੇਖਦੇ ਹਾਂ ਕਵਿਸ਼ਨ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ ਪੰਜਾਬ ਦੇ ਉੱਤਰ ਪੱਛਮ ਵਿੱਚ ਸੁਲੇਮਾਨ ਅਤੇ ਕਰੇਤਾਰ ਦੀਆਂ ਪਹਾੜੀਆਂ ਵਿੱਚ ਕਈ ਦਰੇ ਠੀਕ ਜੀ ਸਤਹਾਨ ਜਿਨ੍ਹਾਂ ਵਿੱਚੋਂ ਠੀਕ ਹੈ ਜੀ ਵਿਦੇਸ਼ੀ ਹਮਲਾਵਰ ਲੰਗ ਕੇ ਭਾਰਤ ਤੇ ਹਮਲਾ ਕਰਦੇ ਹਨ ਠੀਕ ਹੈ ਜੀ ਕਦ ਸੰਨ 18ਵੀਂ ਈਸਵੀ ਦੇ ਵਿੱਚ ਜਿਵੇਂ ਕਿ ਸਦੀ ਦੇ ਤੱਕ ਸਾਰੇ ਹਮਲਾਵਰ ਇਹਨਾਂ ਦਰਿਆਵਾਂ ਰਾਹੀਂ ਹੀ ਭਾਰਤ ਤੇ ਹਮਲਾ ਕਰਦੇ ਰਹੇ ਸਨ ਸਭ ਤੋਂ ਪਹਿਲਾਂ ਅੱਗੇ ਵਧਣ ਲਈ ਉਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਸੰਘਰਸ਼ ਕਰਨਾ ਪੈਂਦਾ ਸੀ ਇਸ ਤਰ੍ਹਾਂ ਪੰਜਾਬ ਠੀਕ ਹੈ ਜੀ ਭਾਰਤ ਲਈ ਪ੍ਰਵੇਸ਼ ਦੁਆਰ ਦੀ ਭੂਮਿਕਾ ਨਰਵਾ ਤੋ ਇਹ ਹੈ ਠੀਕ ਹੈ ਜੀ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਪੜ ਲੈਣਾ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਹੈ ਅਮ ਜਿਹੜਾ ਕਿ ਵੈਰੀ ਵੈਰੀ ਇੰਪੋਰਟੈਂਟ ਹੈ ਅੰਮ੍ਰਿਤਸਰ ਦੀ ਸਥਾਪਨਾ ਤੇ ਨੋਟ ਲਿਖੋ ਅੰਮ੍ਰਿਤਸਰ ਦੀ ਸਥਾਪਨਾ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੌਥ ਪੜਾ ਮੈਨੂੰ ਨੀਚੇ ਕਮੈਂਟ ਬਾਕਸ ਵੀ ਦੱਸੋ ਕਿ ਸ੍ਰੀ ਗੁਰੂ ਰਾਮਦਾਸ ਜੀ ਸਿੱਖਾਂ ਦੇ ਕਿੰਨੇਵੇਂ ਗੁਰੂ ਸਨ ਤਾਂ ਜਿੰਨੇ ਜਿੰਨਾਂ ਨੂੰ ਇਸ ਦਾ ਆਨਸਰ ਪਤਾ ਤਾਂ ਨੀਚੇ ਕਮੈਂਟ ਬਾਕਸ ਵਿੱਚ ਦੇ ਦੱਸੋ ਅਤੇ ਮੈਂ ਦੇਖਦਾ ਵੀ ਨਾ ਕਿਨੂ ਕਿਨੂ ਇਸ ਦਾ ਆਨਸਰ ਪਤਾ ਦੇ ਸਭ ਤੋਂ ਪਹਿਲਾਂ ਜਿਹੜਾ ਵਿਦਿਆਰਥੀ ਇਸ ਦਾ ਕਮੈਂਟ ਕਰੂਗਾ ਮੈਂ ਉਸ ਦਾ ਕਮੈਂਟ ਜਿਹੜਾ ਉਹ ਲਾਈਕ ਕਰੂਗਾ ਤੇ ਪਿੰਨ ਕਰੂਗਾ ਅਤੇ ਜਰੂਰ ਕਮੈਂਟ ਕਰ ਦੇਣਾ ਠੀਕ ਹੈ ਜੀ ਗੁਰੂ ਰਾਮਦਾਸ ਨਿਕੁਣ ਪਤਾ ਉਹਨਾਂ ਨੇ 1573 ਈਸਵੀ ਵਿੱਚ ਬਾਬਾ ਬੋਡਾ ਜੀ ਦੀ ਨਿਗਰਾਨੀ ਹੇਠ ਅੰਮ੍ਰਿਤ ਸਰੋਵਰ ਦੀ ਖੁਦਾਈ ਦਾ ਕੰਮ ਸ਼ੁਰੂ ਕਰਵਾਇਆ ਉਹਨਾਂ ਨੇ ਸਿੱਖਾਂ ਨੂੰ ਉੱਥੇ ਜਾ ਕੇ ਵਸਣ ਦਾ ਆਦੇਸ਼ ਦਿੱਤਾ ਗੁਰੂ ਜੀ ਦੇ ਆਦੇਸ਼ਾਂ ਅਨੁਸਾਰ ਇੱਥੇ ਬੂੰਜਾ ਵਪਾਰੀ ਆਕੇ ਵਸ ਗਏ ਠੀਕ ਜਿਨ੍ਹਾਂ ਨੇ ਇੱਥੇ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਹੋਲੀ ਹੋਲੀ ਇੱਥੋਂ ਇੱਕ ਬਾਜ਼ਾਰ ਬਣ ਗਿਆ ਜਿਸ ਨੂੰ ਗੁਰੂ ਕਾ ਬਾਜ਼ਾਰ ਕਿਹਾ ਜਾਣ ਲੱਗ ਪਿਆ ਠੀਕ ਹੈ ਜੀ ਇਸ ਨੂੰ ਆਮਦਾਸਪੁਰਾ ਚੱਕ ਗੁਰੂ ਠੀਕ ਹੈ ਚੱਕ ਗੁਰੂ ਆਮਦਾਸ ਦੇ ਨਾਲ ਨਾਲ ਵੀ ਜਾਣਿਆ ਜਾਣ ਲੱਗਾ ਬਾਅਦ ਵਿੱਚ ਇਸ ਦਾ ਨਾਂ ਅੰਮ੍ਰਿਤਸਰ ਸਰੋਵਰ ਤੋਂ ਅੰਮ੍ਰਿਤਸਰ ਪੈ ਗਿਆ ਠੀਕ ਹੈ ਜੀ ਇਸ ਤਰ੍ਹਾਂ ਜਿਹੜੀ ਅੰਮ੍ਰਿਤਸਰ ਦੀ ਜਿਹੜੀ ਸਥਾਪਨਾ ਹੋਈ ਸੀ ਇਸ ਨੂੰ ਚੰਗੀ ਤਰ੍ਹਾਂ ਪੜ ਲੈਣਾ ਇਹ ਤੁਹਾਡੀ ਨੋਲੇਜ ਦੀ ਵੀ ਲਈ ਆ ਅਤੇ ਇਹ ਕਾਫੀ ਜਨ ਇੰਪੋਰਟੈਂਟ ਕੁਸ਼ਨ ਹੈਗਾ ਇਸ ਤੋਂ ਬਾਅਦ agulaga ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ਨੋਟ ਲਿਖੋ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਕਿ ਪ੍ਰਮਾਤਮਾ ਇੱਕ ਹੈ ਉਹ ਸਰਬਸ਼ਕਤੀਮਾਨ ਹੈ ਦੂਜਾ ਪੁਆਇੰਟ ਹੈ ਸਾਰੇ ਮਨੁੱਖ ਇੱਕ ਹੀ ਪ੍ਰਮਾਤਮਾ ਦੀ ਸੰਤਾਨ ਹਨ ਤੀਜਾ ਹੈ ਪ੍ਰਮਾਤਮਾ ਦੀ ਭਗਤੀ ਸੱਚੇ ਮਨ ਨਾਲ ਕਰਨੀ ਚਾਹੀਦੀ ਹੈ ਮਨੁੱਖ ਨੂੰ ਸਦਾ ਨੇਕ ਕਮਾਈ ਖਾਣੀ ਚਾਹੀਦੀ ਹੈ ਇਸ ਤੋਂ ਅਗਲਾ ਪੁਆਇੰਟ ਹੈ ਮਨੁੱਖ ਨੂੰ ਹੱਥੀਂ ਕਿਰਤ ਕਰਨੀ ਚਾਹੀਦੀ ਹੈ ਅਗਲਾ ਪੁਆਇੰਟ ਔਰਤ ਮਾਂ ਬੁਰਖਾਂ ਨੂੰ ਜਨਮ ਦਿੰਦੀ ਹੈ ਉਸ ਦੀ ਇੱਜ਼ਤ ਕਰਨੀ ਚਾਹੀਦੀ ਹੈ ਸਵਤਮ ਪੁਆਇੰਟ ਹੈ ਮਨੁੱਖ ਨੂੰ ਪਰਮਾਤਮਾ ਦੀ ਰਾਜਾ ਵਿੱਚ ਰਾਜੀ ਰਹਿਣਾ ਚਾਹੀਦਾ ਹੈ ਹਾਂਜੀ ਇਹ ਪੁਆਇੰਟ ਜ਼ਰੂਰ ਪੜ੍ਹ ਲੈਣਾ ਜੇ ਕੋਈ ਤੁਸੀਂ 3 4 ਪੁਆਇੰਟ ਵੀ ਲਿਖਿਆ ਹੈ ਤਾਂ ਵੀ ਤੁਹਾਨੂੰ ਜਿਹੜੇ 3 ਨੰਬਰ ਉਹ ਦੇ ਦੇਣਗੇ ਤੁਹਾਡੇ ਟੀਚਰ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂਗੇ ਹਾਂਜੀ ਅਗਲਾ ਪੁਆਇੰਟ ਹੈ ਕੰਸਨ ਹੈਗਾ ਸਰਵ ਵਿਆਪਕ ਬਾਲਗ ਮਦ મત ਅਧਿਕਾਰ ਤੋਂ ਕੀ ਭਾਵੇ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਕਿ ਸਾਰੇ ਨਾਗਰਿਕਾਂ ਨੂੰ ਰੰਗ ਨਸਲ ਜਾਤੀ ਜਨਮ ਧਰਮ ਤੇ ਲਿੰਗ ਦੇ ਵਿਰਤ ਕਰੇ ਤੋਂ ਬਿਨਾ ਇੱਕ ਨਿਸ਼ਚਿਤ ਉਮਰ ਤੇ ਪਹੁੰਚੰਤੇ ਕਿਉਂਕਿ ਵੋਟ ਦਾ ਅਧਿਕਾਰ ਵੋਟ ਦਾ ਅਧਿਕਾਰ ਦੇ ਦਿੱਤਾ ਜਾਂਦਾ ਹੈ ਇਸ ਨੂੰ ਸਰਵ ਵਿਆਪਕ ਬਾਲਗ ਮਤ ਠੀਕ ਜਿਹਾ ਅਧਿਕਾਰ ਕਹਿੰਦੇ ਹਨ ਭਾਰਤ ਵਿੱਚ 18 ਸਾਲ ਦੀ ਉਮਰ ਪ੍ਰਾਪਤ ਕਰਨ ਤੋਂ ਬਾਅਦ ਸਭ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਂਦਾ ਹੈ ਹਾਂਜੀ ਇਹ ਆ ਜਿਹੜਾ ਸਰਵ ਵਿਆਪਕ ਅੱਧਾ ਮਤ ਅਧਿਕਾਰ ਸੀਗਾ ਠੀਕ ਹੈ ਜੀ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਹੈਗਾ ਠੀਕ ਹੈ ਜੀ ਇਸ ਦੇ ਨਾਲ ਹੀ ਜਿਹੜੇ ਤੁਹਾਡੇ ਤਿੰਨ ਤਿੰਨ ਨੰਬਰਾਂ ਵਾਲੇ ਇਹ ਕੰਪਲੀਟ ਹੋ ਰਹੇ ਨੇਗੇ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਵੱਡੇ ਕੌਂਸ਼ਨ ਆਉਣਗੇ ਚਲੋ ਮੈਂ ਤੁਹਾਨੂੰ ਉਹ ਦਿਖਾਉਣਾ ਕੌਂਸ਼ਨ ਪੇਪਰ ਦੇ ਵਿੱਚ ਹਾਂਜੀ ਜਿਹੜੇ ਆਪਾਂ ਨੇ ਆਹ ਕਰ ਲਏਤ ਨੇਗੇ 9 ਦੇ 9 ਠੀਕ ਹੈ ਜਿਸ ਤੋਂ ਬਾਅਦ ਭਾਗ ਸਸਾ ਆ ਗਿਆ ਭਾਗ ਸਸਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਡੇ ਪ੍ਰਸ਼ਨਾਂ ਵਾਲੇ ਉੱਤਰ ਦੇ ਜਿਨ੍ਹਾਂ ਦੇ ਸ਼ਬਦ ਆਪਾਂ ਨੇ ਹੈ ਦਿੱਤੇ ਹੋਏ ਨੇ 200 ਸ਼ਬਦਾਂ ਦੇ ਵਿੱਚ ਉੱਤਰ ਦੇਣਾ ਅਤੇ ਤੁਹਾਨੂੰ ਇਹ ਹੋ ਸਕਦੇ ਨੇ ਕਿ ਇਹ ਚਾਰ ਹੋਣਗੇ ਠੀਕ ਹੈ ਇਹ ਚਾਰੇ ਇੱਕ ਹੋਣਗੇ ਤੁਹਾਨੂੰ ਪੰਜ ਪੰਜ ਨੰਬਰ ਦੇਣੇ ਨੇ ਜਿਵੇਂ ਕਿ ਪਹਿਲਾ ਗਾ ਮਾਲਵਾ ਖੇਤਰ ਵਿੱਚ ਫੈੰਦੇ ਕੋਈ ਪੰਜ ਜ਼ਿਲ੍ਹਿਆਂ ਬਾਰੇ ਸੰਖੇਪ ਜਾਣਕਾਰੀ ਦਿਓ ਜਾਣ ਦਿੱਤਾ ਹੋਇਆ ਵੈਸੇ ਮੈਂ ਤੁਹਾਨੂੰ ਇਹ ਦੋਨੇ ਦੀ ਉੱਤਰ ਕਰਵਾ ਦੂੰਗਾ ਇਸ ਤੋਂ ਬਾਅਦ ਹਾਂਜੀ ਜਿਵੇਂ ਕਿ ਦਿੱਤਾ ਹੋਇਆ ਹੈਗਾ 870 ਦੀਆਂ ਕੋਈ ਚਾਰ ਮੋਡਲੀਆਂ ਧਾਰਨਾਵਾਂ ਦਾ ਵਰਨਨ ਕਰੋ ਇਹ ਦੂਜਾ ਕੁਐਸਚਨ ਹੈਗਾ ਅਤੇ ਇਸ ਤੋਂ ਬਾਅਦ ਇਸ ਵਿੱਚ ਜਾਣ ਦਿੱਤਾ ਹੋਇਆਗਾ हां जी ਸੂਪੀ ਹੋਈ ਬੇਰੁਜ਼ਗਾਰੀ ਤੇ ਮੌਸਮੀ ਬੇਰੁਜ਼ਗਾਰੀ ਵਿੱਚ ਅੰਤਰ ਸਪਸ਼ਟ ਕਰੋ ਇਹ ਵੀ ਕਾਫੀ ਜਲਦੀ ਇੰਪੋਰਟੈਂਟ ਹੈ ਵੀ ਤੁਹਾਨੂੰ ਮੈਂ ਕਰਵਾ ਦੂੰਗਾ ਇਸ ਤੋਂ ਬਾਅਦ ਤੀਜਾ ਗੱਲ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਵਰਨਨ ਕਰੋ ਇਸ ਤੋਂ ਅਗਲਾ ਗੁਰੂ ਅੰਗਦ ਦੇਵ ਜੀ ਦਾ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਹੈ ਵਿਸਥਾਰ ਸਹਿਤ ਲਿਖੋ ਇਹ ਵੀ ਜਾਂ ਦੇ ਵਿੱਚ ਇਹਨਾਂ ਦੋਨੋਂ ਵਿੱਚ ਕੋਈ ਇੱਕ ਕਰਨਾ ਹੁੰਦਾ ਠੀਕ ਹੈ ਜੀ ਇਸ ਤੋਂ ਬਾਅਦ ਚੌਥਾ ਸੰਯੁਕਤ ਰਾਸ਼ਟਰ ਸੰਘ ਤੇ ਨੋਟ ਲਿਖੋ ਠੀਕ ਹੈ ਜੀ ਤਾਂ ਇਹ ਤੁਸੀਂ ਨੇ ਜ਼ਰੂਰ ਦੇਖ ਲੈਣਾ ਤੇ ਮੈਂ ਤੁਹਾਨੂੰ ਇਸ ਦੇ ਜਿਹੜੇ ਉੱਤਰ ਨੇ ਮੈਂ ਉਹ ਕਰਵਾ ਦੇਣਾਗਾ ਠੀਕ ਹੈ ਜੀ ਅਤੇ ਗੱਲ ਜੇਕਰ ਤੁਸੀਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਅੱਗੇ ਵੀ ਜਿਹੜੇ ਤੁਹਾਡੇ ਪੀਪਰ ਹੋਣੇ ਹਨ ਤੇ ਅੱਗੇ ਤੁਸੀਂ 10ਵੀਂ ਕਲਾਸ ਦੇ ਵਿੱਚ ਹੋ ਜਾਵੋਗੇ ਉਸ ਦੇ ਵਿੱਚ ਵੀ ਤੁਹਾਡੀ ਜਿਹੜੀ ਹੈਲਪ ਕੀਤੀ ਹੋਊਗੀ ਸਾਡੇ ਵੱਲੋਂ ਠੀਕ ਹੈ ਜੀ ਚਲੋ ਮੈਂ ਤੁਹਾਨੂੰ ਅਗਲਾ ਪ੍ਰਸ਼ਨ ਕਰਵਾਉਣਾਗਾ ਹਾਂਜੀ ਜਿਸ ਤਰ੍ਹਾਂ ਦੇਖ ਸਕਦੇ ਹੋਗੇ ਮਾਲਵਾ ਖੇਤਰ ਵਿੱਚ ਪੈਂਦੇ ਕੋਈ ਛੇ ਜ਼ਿਲ੍ਹਿਆਂ ਬਾਰੇ ਜਾਣਕਾਰੀ ਦਿਓ ਜਿਹੜੇ ਛੇ ਜ਼ਿਲ੍ਹੇ ਨੇ ਉਹ ਇਸ ਪ੍ਰਕਾਰ ਨੇ ਬਰਨਾਲਾ ਬਠਿੰਡਾ ਫਰੀਦਕੋਟ ਠੀਕ ਹੈ ਜੀ ਫਾਜ਼ਿਲਕਾ ਲੁਧਿਆਣਾ ਅਤੇ ਇਸ ਤੋਂ ਬਾਅਦ ਅੱਗੇ ਹੋਊਗਾ ਆਪਾਂ ਦੇਖਦੇ ਹਾਂ ਜਿਵੇਂ ਕਿ ਇਹ ਬਰਨਾਲਾ ਹੈਗਾ ਠੀਕ ਹੈ ਜੀ ਇਹ ਸ਼ਹਿਰ 20 ਠੀਕ ਹੈ 2011 ਦੀ ਜਨ ਜਨਗਣਨਾ ਅਨੁਸਾਰ ਇਹ ਪੰਜਾਬ ਦਾ ਸਭ ਤੋਂ ਘੱਟ ਜਨਸੰਖਿਆ ਵਾਲਾ ਜ਼ਿਲ੍ਹਾ ਹੈ ਬਠਿੰਡਾ ਮਾਲਵਾ ਖੇਤਰ ਦਾ ਦਿਲ ਖਵਾਉਂਦਾ ਹੈ ਠੀਕ ਹੈ ਜੀ ਮਾਲਵਾ ਖੇਤਰ ਤੇ ਦਿਲ ਖਵਾਉਂਦਾ ਹੈ ਠੀਕ ਹੈ ਜੀ ਬਠਿੰਡਾ ਜ਼ਿਲ੍ਹਾ ਸਭ ਤੋਂ ਪਹਿਲੀ ਠੀਕ ਹੈ ਜੀ ਮੁਸਲਮਾਨ ਔਰਤ ਸ਼ਾਸਕ ਦੀ ਕੁਝ ਸਮੇਂ ਲਈ ਇੱਥੇ ਠਹਿਰੀ ਸੀ ਅੱਜ ਕੱਲ ਇੱਥੇ ਬਹੁਤ ਵੱਡੇ ਰੇਲਵੇ ਜੰਕਸ਼ਨ ਹਨ ਇਸ ਤੋਂ ਬਾਅਦ ਹੈਗਾ ਤੀਜਾ ਫਰੀਦਕੋਟ 1972 ਸੀ ਵਿੱਚ ਪ੍ਰਸਿੱਧ ਸੂਫੀ ਸੰਤ ਬਾਬਾ ਫਰੀਦ ਜੀ ਦੇ ਨਾਂ ਨਾਮ ਤੇ ਜ਼ਿਲ੍ਹਾ ਬਣਿਆ ਠੀਕ ਹੈ ਜੀ ਇਸ ਤੋਂ ਅਗਲਾ ਫਜ਼ੀਲ ਕਾ ਇਹ ਪੰਜਾਬ ਦਾ 21ਵਾਂ ਜ਼ਿਲ੍ਹਾ ਹੈ ਜੋ ਕਿ ਕਪਾ ਪੱਟੀ ਵਿੱਚ ਪੈਣ ਵਾਲਾ ਠੀਕ ਹੈ ਜੀ ਤੇ ਕਿਨੂ ਤੇ ਹੋਰ ਰਸਦਾਰ ਫਲ ਸੰਸਾਰ ਭਰ ਵਿੱਚ ਮਸ਼ਹੂਰ ਹੈ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਗਾ ਲੁਧਿਆਣਾ ਇਹ ਜ਼ਿਲ੍ਹਾ 1480 ਇਸਵੀ ਵਿੱਚ ਹਾਂਜੀ ਇਹ ਜ਼ਿਲ੍ਹਾ ਜਿਹੜਾ ਬਹੁਤ ਪੁਰਾਣਾ ਵਿੱਚ ਲੋਧੀ ਵੰਸ਼ ਦੇ ਸ਼ਾਸਕ ਨੇ ਬੁਸਾਇਆ ਸੀ ਹੁਣ ਇਹ ਹੋਜਰੀ ਠੀਕ ਹੈ ਜੀ ਹੋਜਰੀ ਦਾ ਸਮਾਨ ਬਣਾਉਣ ਅਤੇ ਖੇਤੀਬਾੜ ਯੂਨੀਵਰਸਿਟੀ ਲਈ ਪ੍ਰਸਿੱਧ ਹੈ ਹਾਂਜੀ ਇਸ ਨੂੰ ਨੋਟ ਕਰ ਲੈਣਾ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਅਗਲਾ ਕਰਵਾਉਣੀ ਹੈ ਹਾਂ ਜੀ ਇਹ ਸੀ ਹੋ ਗਏ ਨੇ ਸੀ ਕਿ ਸੀ ਜਿਹੜੇ ਜਿਵੇਂ ਕਿ 1 2 3 4 ਇੱਕ ਮਿੰਟ 1 2 3 4 5 ਵੈਸੇ ਨੇ ਨੇ ਸੇ ਪੁੱਛਿਆ ਸੀਗਾ ਤੇ ਇੱਕ ਮਿਸਪ੍ਰਿੰਟ ਹੋ ਗਿਆ ਤਾਂ ਜਿਹੜਾ ਇੱਕ ਜਿਲ੍ਹਾਗਾ ਤੁਸੀਂ ਆਪਣੇ ਆਪ ਹੀ ਐਡ ਕਰ ਦੇਣਾ ਤੁਸੀਂ ਆਪਣੀ ਬੁੱਕ ਵਿੱਚੋਂ ਦੇਖ ਲੈਣਾ ਇਸ ਦਾ ਆਨਸਰ ਤੁਹਾਨੂੰ ਤੁਹਾਡੀ ਬੁੱਕ ਵਿੱਚੋਂ ਇਸ ਦਾ ਆਨਸਰ ਮਿਲ ਜਾਵੇਗਾ ਹਾਂਜੀ ਇਸ ਤੋਂ ਬਾਅਦ ਆਏਗਾ ਹਿਮਾਲਿਆ ਤੇ ਪ੍ਰਾਇਦੀਪੀ ਨਦੀਆਂ ਵਿੱਚ ਅੰਤਰ ਹਿਮਾਲਿਆ ਦੀਆਂ ਨਦੀਆਂ ਤੇ ਪ੍ਰਾਇਦੀਪੀ ਦੀਆਂ ਨਦੀਆਂ ਠੀਕ ਹੈ ਜੀ ਇਹ ਹਿਮਾਲਿਆ ਦੇ ਪਹਾੜਾਂ ਵਿੱਚੋਂ ਨਿਕਲਦੀਆਂ ਨੇਗੀਆਂ ਇਹ ਪ੍ਰਾਇਦੀਪੀ ਫਠਾਰ ਦੀਆਂ ਪਹਾੜੀਆਂ ਵਿੱਚ ਦੀਆਂ ਲੜੀਆਂ ਚੋਂ ਨਿਕਲਦੀਆਂ ਹਨ ਇਹ ਨਦੀਆਂ ਦੇ ਜਲਦੰਤਰ ਵੱਡੇ ਹੁੰਦੇ ਨੇ ਇਹਨਾਂ ਜਿਹੜੇ ਜਲਦੰਤਰ ਹੁੰਦੇ ਨੇ ਉਹ ਛੋਟੇ ਹੁੰਦੇ ਹਨ ਇਹ ਨਦੀਆਂ ਸਾਰਾ ਸਾਲ ਪਾਣੀ ਨਾਲ ਭਰੀਆਂ ਰਹਿੰਦੀਆਂ ਹਨ ਇਹ ਮੌਸਮੀ ਨਦੀਆਂ ਨੇ ਠੀਕ ਹੈ ਜੀ ਇਹ ਗਹਿਰੀਆਂ ਖੱਡਾਂ ਵਿੱਚ ਵਹਿਦੀਆਂ ਹਨ ਇਹ ਤੰਗ ਤੇ ਠੀਕ ਹੈ ਜੀ ਛੋੜੀਆਂ ਦਰਾ ਘਾਟੀਆਂ ਵਿੱਚ ਵਹਿਦੀਆਂ ਨੇ ਇਸ ਤੋਂ ਅਗਲਾ ਪੁਆਇੰਟ ਹੈ ਇਹ ਨਦੀਆਂ ਆਪਣੀ ਜਵਾਨ ਠੀਕ ਹੈ ਜੀ ਅਵਸਥਾ ਵਿੱਚ ਹਨ ਇਹ ਨਦੀਆਂ ਬੁੱਢੀ ਅਵਸਥਾ ਦੇ ਵਿੱਚ ਨੇ ਠੀਕ ਹੈ ਜੀ ਇਹ ਜਿਹੜੇ ਨੋਟ ਕਰ ਲਓ ਇਹਨਾਂ ਦੇ ਆਨਸਰ ਇਸ ਤੋਂ ਅਗਲਾ ਪ੍ਰਸ਼ਨ ਕੀ ਆਗਾ ਤੁਸੀਂ ਦੇਖ ਸਕਦੇ ਹੋ ਸਭ ਤੋਂ ਬੁਨਿਆਦੀ ਪੱਧਰ ਤੇ ਆਰਥਿਕ ਸ਼ਾਸਤਰ ਤਿਹਰੀ ਇਹ ਸੇ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਅਸੀਂ ਖਰੀਦਦਾਰੀ ਦੀਆਂ ਚੋਣਾਂ ਕਿਵੇਂ ਅਤੇ ਕਿਉਂ ਕਰਦੇ ਹਾਂ ਚਾਰ ਮੁਖ ਆਰਥਿਕ ਸੰਕਲਪਾ ਠੀਕ ਹੈ ਜੀ ਤਾਂ ਇਹ ਨੋਟ ਕਰੋ ਨੀਚੇ ਜਿਵੇਂ ਦਿੱਤਾ ਹੋਇਆ ਹੈਗਾ ਘਾਟ ਸਪਲਾਈ ਮੰਗ ਲਗਾਤ ਠੀਕ ਹੈ ਜੀ ਲਾਗਤ ਅਤੇ ਲਾਭ ਅਤੇ ਜਿਵੇਂ ਕਿ ਪੋਸਤਾਨ ਮਨੁੱਖ ਦੁਆਰਾ ਕੀਤੇ ਗਏ ਬਹੁਤ ਠੀਕ ਹੈ ਜੀ ਤੁਸੀਂ ਜਿਹੜਾ ਆਨਸਰ ਹੈ ਇਸ ਦਾ ਨੋਟ ਕਰ ਲੈਣਾ ਇਸ ਤੋਂ ਅਗਲਾ ਪ੍ਰਸ਼ਨ ਹੈਗਾ ਸੂਪੀ ਹੋਈ ਬੇਰੁਜ਼ਗਾਰੀ ਤੇ ਮੌਸਮੀ ਬੇਰੁਜ਼ਗਾਰੀ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਆ ਇਹ ਬੇਰੁਜ਼ਗਾਰੀ ਦੀ ਉਹ ਕਿਸਮ ਹੈ ਜਿੱਥੇ ਕਿਸੇ ਕੰਮ ਵਿੱਚ ਲੋਡ ਤੋਂ ਜ਼ਿਆਦਾ ਮਜ਼ਦੂਰ ਲੱਗੇ ਹਨ ਠੀਕ ਹੈ ਜੀ ਜਿਹੜਾ ਦੂਜਾ ਪੁਆਇੰਟ ਆ ਇਹ ਖੇਤੀ ਖੇਤਰ ਵਿੱਚ ਪਾਈ ਜਾਂਦੀ ਹੈ ਖੇਤੀ ਖੇਤਰ ਵਿੱਚ ਪਾਈ ਜਾਂਦੀ ਹੈ ਤੀਜਾ ਹੈਗਾ ਇਹ ਪੇਂਡੂ ਖੇਤਰ ਵਿੱਚ ਪਾਈ ਜਾਂਦੀ ਹੈ ਅਤੇ ਇਹ ਹੈ ਜਿਵੇਂ ਕਿ ਮੌਸਮੀ ਬੇਰੁਜ਼ਗਾਰੀ ਇਹ ਬੇਰੁਜ਼ਗਾਰੀ ਦੀ ਉਹ ਕਿਸਮ ਹੈ ਜਦੋਂ ਲੋਕਾਂ ਨੂੰ ਸਾਲ ਵਿੱਚ ਕੁਝ ਮਹੀਨੇ ਕੰਮ ਮਿਲਦਾ ਹੈ ਅਤੇ ਬਾਕੀ ਮਹੀਨਿਆਂ ਵਿੱਚ ਉਹ ਬੇਰੁਜ਼ਗਾਰ ਰਹਿੰਦੇ ਹਨ ਦੂਜਾ ਪੁਆਇੰਟ ਹੈ ਇਹ ਖੇਤੀਬੰਦੀ ਉਦਯੋਗਾਂ ਵਿੱਚ ਪਾਈ ਜਾਂਦੀ ਹੈ ਤੀਜਾ ਹੈਗਾ ਪੇਂਡੂ ਅਤੇ ਸ਼ਹਿਰਾਂ ਦੋਮੇ ਖੇਤਰ ਵਿੱਚ ਇਹ ਪਾਈ ਜਾਂਦੀ ਹੈ ਜਿਹੜੀ ਸੁਪੀ ਹੋਈ ਬੇਰੁਜ਼ਗਾਰੀ ਹੈ ਸੌਰੀ ਮੌਸਮੀ ਬੇਰੁਜ਼ਗਾਰੀ ਹੈ ਤਾਂ ਇਹ ਸੀਗਾ ਸੁਪੀ ਹੋਈ ਬੇਰੁਜ਼ਗਾਰੀ ਅਤੇ ਮੀ ਬੇਰੁਜ਼ਗਾਰੀ ਦੇ ਵਿੱਚ ਅੰਤਰ ਤਾਂ ਇਸ ਨੂੰ ਨੋਟ ਕਰ ਲੈਣਾ ਜਿਹੜਾ ਹੀ ਕੌਨਸ਼ਨ ਹੈਗਾ ਆਪਾਂ ਇਸ ਦਾ ਆਨਸਰ ਦੇਖਦੇ ਹਾਂਗੇ ਵੀ ਇਹਨਾਂ ਕੌਨਸ਼ਨ ਕਿਹੜਾ ਇਸ ਦਾ ਹਾਂਜੀ ਇਹ ਮਾਲੇ ਵਾਲੇ ਤੋਂ ਬਾਅਦ ਆਇਆ ਹੋਇਆ ਇੱਕ ਵਾਰੀ ਆਪਾਂ ਇਸ ਨੂੰ ਦਿਖਾ ਦੇਣਾ ਕਿਉਂਕਿ ਇਹ ਤੁਹਾਨੂੰ ਡਾਊਟ ਹੋਊਗਾ ਚਲੋ ਮੈਂ ਤੁਹਾਨੂੰ ਤੁਹਾਡਾ ਜਿਹੜਾ ਡਾਊਟ ਹੈ ਜਿਹੜਾ ਹੋ ਕਲੀਅਰ ਵੀ ਕਰ ਦਿੰਨਾ ਹਾਂਜੀ ਇਹ ਲਗਾ ਹਾਂਜੀ ਹਿਮਾਲਿਆ ਤੋਂ ਬਾਅਦ ਆਪਾਂ ਆ ਗਿਆ ਦੂਜਾ ਕੌਨਸ਼ਨ ਇਹ ਅਰਥ ਸ਼ਾਸਤਰ ਦੀਆਂ ਕੋਈ ਚਾਰ ਮੋਟਲੀਆਂ ਧਾਰਨਾਵਾਂ ਦਾ ਵਰਨਨ ਕਰੋ ਹਾਂਜੀ ਚਾਰ ਮੋਟਲੀ ਧਾਰਨਾਵਾਂ ਦਾ ਵਰਨਨ ਉੱਥੇ ਲਿਖਿਆ ਹੋਇਆ ਸੀਗਾ نیچے ਠੀਕ ਹੈ ਜੀ ਉਹਨਾਂ ਨੇ ਕੱਲੇ ਚਾਰਾਂ ਦੇ ਨਾਮ ਦੱਸੇ ਹੋਏ ਸੀਗੇ ਤੇ ਅੱਗੇ ਉਹਨਾਂ ਨੇ ਡਿਫਾਈਨ ਨਹੀਂ ਕੀਤਾ ਹੋਇਆ ਸੀ ਪਰ ਤੁਸੀਂ ਜਿਹੜਾ ਕੌਨਸ਼ਨ ਹੈ ਤੁਸੀਂ ਆਪਣੀ ਬੁੱਕ ਵਿੱਚੋਂ ਇਹ ਕਰ ਲੈਣਾ ਤੁਹਾਡਾ ਅਰਥ ਸ਼ਾਸਤਰ ਦਾ ਇਹ 파ਟ ਅਤੇ ਮੈਂ ਤੁਹਾਨੂੰ ਇਸ ਦੇ ਵਿੱਚੋਂ ਜਿਹੜਾ ਮੈਂ ਤੁਹਾਨੂੰ ਜਾਣਦਾ ਮੈਂ ਕਰਵਾ ਦਿੱਤਾਗਾ ਤੁਹਾਨੂੰ ਛੋਪੀ ਹੋਈ ਬੇਰੁਜ਼ਗਾਰੀ ਅਤੇ ਮੌਸਮੀ ਬੇਰੁਜ਼ਗਾਰੀ ਵਾਲਾ ਅਤੇ ਇਸ ਤੋਂ ਬਾਅਦ ਮੈਂ ਕਰਾਂਗਾ ਤੁਹਾਨੂੰ ਪੰਜਾਬ ਦੀਆਂ ਭੂਗੋਲਿਕ ਵਰਨਰ ਕਰਵਾਉਣਾ ਠੀਕ ਹੈ ਜੀ ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਮੂਰੀ ਸਕਿਪ ਨਾ ਕਰਨਾ ਇਹ ਜਿਹੜੀ ਵੀਡੀਓ ਹੈ ਤੁਹਾਡੇ ਲਈ ਹੈਗੀ ਠੀਕ ਹੈ ਜੀ ਮੈਂ ਤੁਹਾਡੇ ਲਈ ਇਨੀ ਮਿਹਨਤ ਦੇ ਨਾਲ ਇਹ ਵੀਡੀਓ ਮੈਂ ਤਿਆਰ ਕਰਦਾਗਾ ਸਿਰਫ ਤੁਹਾਡੇ ਪੇਪਰ ਦੀ ਪੇਪਰ ਦੇ ਵਿੱਚ ਤੁਹਾਡੇ ਚੰਗੇ ਨੰਬਰ ਆਉਣ ਸਾਡੀ ਵੀਡੀਓਜ਼ ਦੇ ਨਾਲ ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਠੀਕ ਹੈ ਜੀ ਹਾਂ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਹੈਗਾ ਪ੍ਰਸ਼ਨ ਪੰਜਾਬ ਦੀਆਂ ਭਗੋਲਿਕ ਵਿਸ਼ੇਸ਼ਤਾਵਾਂ ਦਾ ਵਰਨਨ ਕਰੋ ਭਗੋਲਿਕ ਠੀਕ ਹੈ ਜੀ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ ਤਿੰਨ ਭਾਗਾਂ ਹਿਮਾਲਿਆ ਅਤੇ ਉਸ ਦੀਆਂ ਉੱਤਮ ਉੱਤਰ ਪੱਛਮੀ ਪਹਾੜੀਆਂ ਉਪ ਪਰਬਤ ਦੀਆਂ ਖੇਤਰ ਤੇ ਮੈਦਾਨੀ ਖੇਤਰ ਵਿੱਚ ਬੰਡੀਆਂ ਜਾਂਦੀਆਂ ਹਨ ਠੀਕ ਹੈ ਜਿਵੇਂ ਕਿ ਦਿੱਤਾ ਹੋਇਆ ਪਹਿਲਾ ਹਿਮਾਲਿਆ ਠੀਕ ਹੈ ਜੀ ਅਤੇ ਉਸ ਦੀਆਂ ਠੀਕ ਹੈ ਜੀ ਉੱਤਰ ਪੱਛਮ ਅਤੇ ਪਰਬਤ ਲੜੀਆਂ ਠੀਕ ਹੈ ਜਿਵੇਂ ਕਿ ਦਿੱਤਾ ਹੋਇਆ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਕਵੈਸਨ ਨੂੰ ਠੀਕ ਹੈ ਜੀ ਰੋਕ ਕੇ ਅਤੇ ਇਸ ਦਾ ਤੁਸੀਂ ਨੇ ਜੇਕਰ ਤੁਸੀਂ ਇਸ ਤਰੀਕੇ ਦੇਖਣਾ ਤੁਸੀਂ ਨੋਟ ਕਰ ਲਓ ਆ ਤੁਸੀਂ ਆਪਣੀ ਬੁੱਕ ਵਿੱਚ ਵੀ ਇਸ ਦਾ ਆਨਸਰ ਲੱਭ ਕੇ ਕਰ ਸਕਦੇ ਹੋ ਬੈਸਟ ਆ ਮੈਂ ਤੁਹਾਡੇ ਨਾਲ ਇਹ ਬੁੱਕ ਵਿੱਚ ਲੱਭ ਕੇ ਆਨਸਰ ਕਰਵਾਉਣਾ ਕਿਉਂਕਿ ਮੈਨੂੰ ਐ ਹੁੰਦਾ ਕਿ ਜਿਹੜਾ ਤੁਹਾਡਾ ਸਮਾਂ ਨਾ ਖਰਾਬ ਹੋਵੇ ਆਨਸਰ ਲੱਭਣ ਦੇ ਵਿੱਚ ਤਾਂ ਤੁਸੀਂ ਇਸ ਨੂੰ ਵੀਡੀਓ ਰੋਕ ਕੇ ਇਹ ਆਨਸਰ ਹੈ ਜਿਹੜਾ ਉਹ ਪੜ ਲੈਣਾਗਾ ਇਸ ਤੋਂ ਅਗਲਾ ਪੁਆਇੰਟ ਹੈ ਇਸ ਦਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਉਪਰ ਪਹਾ੍ਰੜੀ ਖੇਤਰ ਹਾਂਜੀ ਆ ਹੈਗਾ ਤੁਹਾਡਾ ਉਪਰ ਪर्वਦੀ ਖੇਤਰ ਇਸ ਤੋਂ ਬਾਅਦ ਤੀਜਾ ਪੁਆਇੰਟ ਮੈਦਾਨੀ ਭਾਗ ਆ ਗਿਆ ਮੈਦਾਨੀ ਭਾਗ ਦੇ ਵਿੱਚ ਅੱਗੇ ਇਹਨਾਂ ਨੇ ਪੁਆਇੰਟ ਦਿੱਤੇ ਹੋਏ ਨੇ ਪੰਜ ਦੁਆਬ ਠੀਕ ਹੈ ਜੀ ਜਿਹੜੀ ਕਿ ਹੈਗਨੇ ਸਿੰਧ ਸਾਗਰ ਦੁਆਬ ਚਾਜ ਦੁਆਬ ਰਚਨਾ ਦੁਆਬ ਅਤੇ ਇਸ ਤੋਂ ਬਾਅਦ ਵਿੱਚ ਹੈਗਾ ਬਾਰੀ ਦੁਆਬ ਠੀਕ ਹੈ ਜੀ ਇਸ ਨੂੰ ਤੁਸੀਂ ਦੇਖ ਸਕਦੇ ਹੋਗੇ ਹਾਂਜੀ ਇਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂਗੇ ਵੀ ਇਹ ਅੱਗੇ ਕੀ ਹੈ ਹਾਂਜੀ ਅੱਗੇ ਹੈਗਾ ਤੁਹਾਡੇ ਲਈ ਹਾਹਾ ਠੀਕ ਜਣੇ ਕਿ ਬੇਸਤੀ ਜਲੰਧਰ ਦਬਾਬ ਇਸ ਤੋਂ ਬਾਅਦ ਦੂਜੇ ਨੰਬਰ ਤੇ ਹੈਗਾ ਮਾਲਵਾ ਤੇ ਬਾਂਗਰ ਇਸ ਤੋਂ ਬਾਅਦ ਆੜਾ ਹੈਗਾ ਬਾਂਗਰ ਅਤੇ ਮਾਲਵਾ ਨੂੰ ਦੋਨਾਂ ਨੂੰ ਇਹਨਾਂ ਨੇ ਡਿਫਾਈਨ ਕੀਤਾ ਹੋਇਆ ਹੈਗਾ ਤਾਂ ਇਸ ਨੂੰ ਚੰਗੀ ਤਰ੍ਹਾਂ ਕੌਂਸ਼ਨ ਨੂੰ ਪੜ ਲਵੋ ਠੀਕ ਹੈ ਬਰੀ ਬਰੀ ਇੰਪੋਰਟੈਂਟ ਕੌਂਸ਼ਨ ਹੈ ਇਹ ਹਰ ਸਾਲ ਦੇ ਵਿੱਚ ਹਰ ਸਾਲ ਇਹ ਜਿਹੜਾ ਪੇਪਰਾਂ ਦੇ ਵਿੱਚ ਆਉਂਦਾ ਹੁੰਦਾ ਨਾ ਨੌਵੀਂ ਕਲਾਸ ਦੇਆਂ ਦੇ ਵਿੱਚ ਤਾਂ ਇਸ ਨੂੰ ਚੰਗੀ ਤਰ੍ਹਾਂ ਪੜ ਲੈਣਾ ਹਾਂਜੀ ਇਸ ਤੋਂ ਬਾਅਦ ਹੈਗਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਪੰਥ ਦੇ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਕਾਰਜ ਕੀਤੇ ਕਿਹੜੇ-ਕਿਹੜੇ ਕੰਮ ਕੀਤੇ ਸੀਗੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਪੰਥ ਦੇ ਵਿਕਾਸ ਦੇ ਲਈ ਤਾਂ ਉਹ ਹੀਠ ਪ੍ਰਕਾਰ ਨੇ ਗਹਿਠ ਲਿਖੀ ਹੋਏ ਨੇ ਤਾਂ ਇਹ ਪੰਜ ਜਿਹੜੇ ਦਿੱਤੇ ਹੋਏ ਨੇ ਇਹਨਾਂ ਨੇ ਇਹ ਪੁਆਇੰਟ ਜਰੂਰ ਪੜ੍ਹ ਲੈਣ ਨਾ ਵੀਡੀਓ ਨੂੰ ਰੋਕ ਕੇ ਪੜ੍ਹ ਲਵੋ ਕਿਉਂਕਿ ਆਪਣੇ ਕੋਲ ਸਮਾਂ ਬਹੁਤ ਘੱਟ ਹੈਗਾ ਪਰ ਤੁਸੀਂ ਇਸ ਵੀਡੀਓ ਨੂੰ ਰੋਕ ਰੋ ਕੇ ਸਾਰੇ ਜਿਹੜੇ ਹੈਗੇ ਨੇ ਕੌਂਸ਼ਣਾ ਨੂੰ ਦੇਖ ਲੈਣਾ ਅਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜਰੂਰ ਕਰ ਦੇਣਾ ਇਸ ਤੋਂ ਬਾਅਦ ਆ ਗਿਆ ਅਗਲਾ ਕੰਪੈਰੀਸ਼ਨ ਹੈਗਾ ਸੰਯੁਕਤ ਰਾਸ਼ਟਰ ਤੇ ਭਾਰਤ ਤੇ ਸੰਯੁਕਤ ਰਾਸ਼ਟਰ ਠੀਕ ਹੈ ਜੀ ਇਸ ਨੂੰ ਚੰਗੀ ਤਰ੍ਹਾਂ ਪੜੋ ਵੀਡੀਓ ਰੋਕ ਕੇ ਇਹਨਾਂ ਦੇ ਜਿਹੜੇ ਆਨਸਰ ਨੇ ਤੁਸੀਂ ਨੇ ਉਹ ਦੇਖ ਲੈਣੇ ਆਂਗੇ ਠੀਕ ਹੈ ਜੀ ਇੱਕ ਵਾਰੀ ਆਪਾਂ ਕੌਨਸਲ ਪੇਪਰ ਵੱਲ ਵਧਦੇ ਹਾਂ ਸ਼ਾਇਦ ਇਹ ਜਿਹੜਾ ਹੈਗਾ ਉਹ ਕੰਪਲੀਟ ਹੋ ਗਿਆ ਇੱਕ ਵਾਰ ਮੈਂ ਤੁਹਾਨੂੰ ਦੁਬਾਰਤ ਦਿਖਾ ਦੇਵਾਂ ਸੰਯੁਕਤ ਰਾਸ਼ਟਰ ਵਾਲਾ ਠੀਕ ਹੈ ਜੀ ਹਾਂਜੀ ਸੰਯੁਕਤ ਰਾਸ਼ਟਰ ਵਾਲੇ ਨੂੰ ਚੰਗੀ ਤਰ੍ਹਾਂ ਇਸ ਨੂੰ ਵੀਡੀਓ ਰੋਕ ਕੇ ਪੜ ਲੈਣਾ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਅਗਲਾ ਦੇਖਦੇ ਹਾਂ ਵੀ ਨਾ ਕਿਹੜਾ ਪਾਰਟ ਆ ਰਿਹਾ ਅੱਗੇ ਸ਼ਾਇਦ ਜਿਹੜਾ ਉਹ ਆਊਗਾ ਜਿਹੜਾ ਤੁਸੀਂ ਨੇ ਪੈਰੇ ਦੇ ਵਿੱਚੋਂ ਆਨਸ ਹਾਂਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣ ਲਾਸਟ ਦੇ ਕਰਵਾਇਆਗਾ ਸੰਯੁਕਤ ਰਾਸ਼ਟਰ ਸੰਘ ਤੇ ਨੋਟ ਠੀਕ ਹੈ ਇਹ ਕਰਵਾਇਆ ਮੈਂ ਤੁਹਾਨੂੰ ਜਿਹੜਾ ਇਸ ਦੇ ਵਿੱਚ ਰਹਿ ਗਿਆ ਲੋਕਤੰਤਰ ਦੇ ਰਾਹ ਵਿੱਚ ਆਉਣ ਵਾਲੀਆਂ ਮੁੱਖ ਰੁਕਾਵਟਾਂ ਦਾ ਵਰਣ ਸੰਕੇਤ ਵਰਨਰ ਕਰੋ ਇਹ ਵੀ ਕਾਫੀ ਜ਼ਰਾ ਹੈਗਾ ਇੰਪੋਰਟੈਂਟ ਕੁਐਸਚਨ ਇਹਨੂੰ ਤੁਸੀਂ ਆਪਣੀ ਬੁੱਕ ਵਿੱਚੋਂ ਲੱਭ ਕੇ ਕਰ ਲੈਣਾ ਇਸ ਤੋਂ ਬਾਅਦ ਆ ਗਿਆ ਤੁਹਾਡਾ ਭਾਗ ਹਾਹਾ ਠੀਕ ਹੈ ਜੀ ਭਾਗ ਹਾਹਾ ਦੇ ਵਿੱਚ ਹੈਗੇ ਤੁਹਾਨੂੰ ਚਾਰ ਕੁਐਸਚਨ ਜਿਹੜੇ ਕਿ ਤੁਸੀਂ ਨੇ ਪੈਰੇ ਵਿੱਚੋਂ ਲੱਭ ਕੇ ਕਰ ਦੇਣੇ ਆਂਗੇ ਮੈਂ ਤੁਹਾਨੂੰ ਪੈਰੇ ਵਿੱਚੋਂ ਲੱਭ ਕੇ ਸਿਖਾਉਣਾ ਵੀ ਨੇ ਕਿਵੇਂ ਲੱਭਣਗੇ ਤੁਹਾਨੂੰ ਸਭ ਤੋਂ ਪਹਿਲਾਂ ਤੁਸੀਂ ਨੇ ਉਰੋਂ ਤੋਂ ਲੈ ਕੇ ਉਰੋਂ ਤੱਕ ਜਿਹੜਾ ਪਹਿਰੇ ਵਿੱਚ ਥੋੜੀ ਪਹਿਰਾ ਪੜ੍ਹ ਲੈਣਾ ਦੂਜੇ ਨੇ ਪੜਾ ਪੜ੍ਹਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਨੇ ਉਰੋਂ ਸਟਾਰਟ ਕਰ ਲੈਣਾ ਹੈਗਾ ਠੀਕ ਹੈ ਜੀ ਕੱਲੇ ਕੱਲੇ ਕੌਨਸਟ ਤੁਸੀ ਜਦੋਂ ਤੁਸੀਂ ਪੜ੍ਹੋਗੇ ਜਿਵੇਂ ਕਿ ਮੈਂ ਪੜ੍ਹ ਕੇ ਸੁਣਾਉਣਾ ਭਾਰਤ ਦੀ ਵੰਡ ਦਾ ਐਲਾਨ ਕਦੋਂ ਹੋਇਆ ਹਾਂਜੀ ਆ ਪਿਆ 3 ਜੂਨ 1947 ਨੂੰ ਲਾਰਡ ਠੀਕ ਹੈ ਜੀ ਮਾਉਂਟ ਮੈਂਟ ਪਲਾਨ ਠੀਕ ਹੈ ਜੀ ਅਨੁਸਾਰ ਭਾਰਤ ਦੀ ਵੰਡ ਦਾ ਐਲਾਨ ਹੋਇਆ ਠੀਕ ਹੈ ਜੀ ਇਹ ਹੋਰੇ ਆਊਗਾ 3 ਜੂਨ 1947 ਵਿੱਚ ਠੀਕ ਹੈ ਜੀ ਹੋਰੇ ਆਊਗਾ ਇਹਦੇ ਬਾਅਦ ਦੂਜਾਗਾ ਸਾਡਾ ਸੰਵਿਧਾਨ ਕਦੋਂ ਬਣ ਕੇ ਤਿਆਰ ਹੋਇਆ ਕਦੋਂ ਬਣ ਕੇ ਤਿਆਰ ਹੋਇਆ ਸੀ ਕਿ ਜਿਹੜਾ ਸਾਡਾ ਸੰਵਿਧਾਨ ਸੀ ਉਹ ਕਦੋਂ ਬਣ ਕੇ ਤਿਆਰ ਹੋਇਆ ਹਾਂਜੀ ਜਿਹੜਾ ਇਸ ਦਾ ਆਪਾਂ ਦੇਖਦੇ ਹਾਂ ਪਰ ਸਾਡਾ ਸੰਵਿਧਾਨ 26 ਜਨਵਰੀ ਨੂੰ ਲਾਗੂ ਕੀਤਾ ਗਿਆ 26 ਜਨਵਰੀ ਦੀ ਇੱਥੇ ਅਸਲੀ ਮਿਤੀ ਤੈਅ ਕੀਤੀ ਗਈ ਕਿਉਂਕਿ ਹਾਂਜੀ ਆਪਾਂ ਸਾਡਾ ਸੰਵਿਧਾਨ 26 ਜਨਵਰੀ ਨੂੰ ਹੀ ਕਿਉਂ ਲਾਗੂ ਹੋਇਆ ਸਾਡਾ ਸੰਵਿਧਾਨ ਕਦੋਂ ਬਣ ਕੇ ਤਿਆਰ ਹੋਇਆ ਹਾਂਜੀ ਜਿਹੜਾ ਇਸ ਦਾ ਜਿਹੜਾ ਆਨਸਰ ਹੈਗਾ ਆਪਾਂ ਦੇਖਦੇ ਹਾਂਗੇ ਹਾਂਜੀ ਉਹ ਰੋ ਆਪਾਂ ਪੜ੍ਹ ਕੇ ਦੇਖਦੇ ਹਾਂ 26 ਨਵੰਬਰ 1949 ਨੂੰ ਸੰਵਿਧਾਨ ਹਾਂਜੀ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਸੰਵਿਧਾਨ ਉੱਤੇ ਦਸਤਖਤ ਕਰ ਦਿੱਤੇ ਯਾਨੀ ਉਦੋਂ ਬਣ ਗਿਆ ਸੀਗਾ 26 ਨਵੰਬਰ 1949 ਦੇ ਵਿੱਚ ਬਣ ਗਿਆ ਸੀ ਇਹ ਨੋਟ ਕਰ ਲਓ ਦੂਜੇ ਦਾ ਪ੍ਰਸ਼ਨ ਦਾ ਆਨਸਰ ਤੀਜਾਗਾ ਹਾਂਜੀ ਇਸ ਤੋਂ ਬਾਅਦ ਤੁਹਾਡਾ ਅਗਲਾ ਪ੍ਰਸ਼ਨ ਹੈਗਾ ਅਗਲਾ ਕੀ ਕਹਿ ਰਹੇਗਾ ਤੀਜਾ ਸਾਡਾ ਸੰਵਿਧਾਨ 26 ਜਨਵਰੀ ਨੂੰ ਹੀ ਕਿਉਂ ਲਾਗੂ ਕੀਤਾ ਗਿਆ ਜਾਨੀ ਕਿੰਨੇ ਕਿਹਾ ਵੀ ਨੇ 26 ਜਨਵਰੀ ਨੂੰ ਹੀ ਕਿਉਂ ਲਾਗੂ ਕੀਤਾ ਗਿਆ ਹਾਂਜੀ ਉਹ ਹੋਊਗਾ ਪਰ ਸਾਡਾ ਸੰਵਿਧਾਨ 26 ਜਨਵਰੀ ਨੂੰ ਲਾਗੂ ਕੀਤਾ ਗਿਆ ਸੀ 26 ਜਨਵਰੀ ਦੀ ਇਤਿਹਾਸਿਕ ਮਿਤੀ ਇਸ ਲਈ ਤੈਅ ਕੀਤੀ ਗਈ ਕਿਉਂਕਿ ਉਹ ਹੋਊਗਾ ਕਿਉਂਕਿ ਤੋਂ ਕਿਉਂਕਿ ਅਸੀਂ 1930 ਤੋਂ 26 ਜਨਵਰੀ ਨੂੰ ਇਯਾਦੀ ਦਰਸਾ ਮਨਾਉਂਦੇ ਆ ਰਹੇ ਹਾਂ ਆ ਰਹੇ ਸੀ ਠੀਕ ਹੈ ਜੀ ਉਹ ਉਹ ਉੱਤਰ ਲੈ ਕੇ ਕਿਉਂਕਿ ਲੈ ਕੇ ਸੀ ਤੱਕ ਆਜੂਗਾ ਇਸ ਤੋਂ ਬਾਅਦ ਹੋਰਤਗਾ ਭਾਰਤੀ ਸੰਵਿਧਾਨ ਦਾ ਪਿਤਾ ਮਾਂ ਕਿਸ ਨੂੰ ਮੰਨਿਆ ਜਾਂਦਾ ਹੈ ਹਾਂਜੀ ਆ ਗਿਆ ਡਾਕਟਰ ਬੀ ਆਰ ਅੰਬੇਦਕਰ ਨੂੰ ਭਾਰਤ ਸੰਵਿਧਾਨ ਦਾ ਪਿਤਾ ਮਾਂ ਕਿਹਾ ਜਾਂਦਾ ਹੈ ਹਾਂਜੀ ਇਹ ਤੁਹਾਡਾ ਆਨਸਰ ਹੈ ਨੋਟ ਕਰ ਲਓ ਇਸ ਤੋਂ ਬਾਅਦ ਆ ਗਿਆ ਭਾਗ ਕਕਾ ਭਾਗ ਕਕੀ ਦੇ ਵਿੱਚ ਹੈਗੇ ਤੁਹਾਨੂੰ ਜਿਹੜਾ ਤੁਸੀਂ ਲੱਭਣਾਗਾ ਹਾਂਜੀ ਇਹ 8 ਨੰਬਰ ਦਾਗਾ ਪਹਿਲਾਂ ਤੁਹਾਨੂੰ ਨਕਸ਼ਾ ਆਊਗਾ ਭਾਰਤ ਦਾ ਠੀਕ ਹੈ ਜੀ ਭਾਰਤ ਦਾ ਨਕਸ਼ਾ ਉਸ ਤੋਂ ਬਾਅਦ ਵੰਡ ਤੋਂ ਪਹਿਲਾਂ ਦੇ ਪੰਜਾਬ ਦੇ ਨਕਸ਼ੇ ਵਿੱਚ ਕੋਈ ਚਾਰ ਸਥਾਨ ਲੱਭਣੇ ਨੇ ਇਹ ਜਿਹੜੇ ਹੋਣਗੇ ਤੁਹਾਨੂੰ 8 ਨੰਬਰ ਦਾ ਆਊਗਾ ਹਾਂਜੀ ਤੁਹਾਨੂੰ ਦਿੱਤੇ ਹੋਏ ਨੇ ਹਾਂ ਦੇਖ ਸਕਦੇ ਤੁਸੀਂ ਸੇਹ ਦਿੱਤੇ ਹੋਏ ਨੇ ਸਿਆਂ ਚ ਕੋਈ ਚਾਰ ਲੱਭ ਕੇ ਦਿਖਾਉਣੇ ਨੇ ਤੁਸੀਂ ਨੇ ਮੈਪ ਤੇ ਚਲੋ ਮੈਂ ਤੁਹਾਨੂੰ ਦਿਖਾਉਣਾਗਾ ਪਹਿਲਾ ਜਿਵੇਂ ਕਿ ਹੈਗਾ ਸ਼ਿਵਾਲਿਕ ਪਰਬਤ ਉਸ ਤੋਂ ਬਾਅਦ ਹੈਗਾ ਦੂਜਾ ਮਾਊਂਟ ਐਵਰੇਸਟ ਚਲੋ ਮੈਂ ਤੁਹਾਨੂੰ ਇਹ ਮੈਪ ਦਿਖਾਉਣਾਗਾ ਹਾਂ ਜੀ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਹੈਗਾ ਭਾਰਤ ਦਾ ਨਕਸ਼ਾ ਸਭ ਤੋਂ ਪਹਿਲਾਂ ਆਪਣੇ ਦੇਖਣਾ ਹੈਗਾ ਵੀ ਨਾ ਸਵਾਲਿਕ ਪਰਬਤੀ ਸ਼੍ਰੇਣੀ ਹਾਂਜੀ ਆਹ ਜਿਵੇਂ ਕਿ ਦੇਖ ਸਕਦੇ ਹੋ ਤੁਸੀਂ ਸਵਾਲਿਕ ਪਰਬਤ ਦਾ ਆਹ ਹੈਗਾ ਠੀਕ ਹੈ ਨੋਟ ਕਰ ਲਓ ਉਰੇ ਤੁਹਾਡਾ ਇਹ ਇਸ ਤਰ੍ਹਾਂ ਲਿਖਿਆ ਜਾਊਗਾ ਇਸ ਤੋਂ ਅੱਗੇ ਹੈਗਾ ਅਗਲਾ ਦੇਖਦੇ ਹਾਂ ਆਪਾਂ ਮਾਊਂਟਨ ਐਵਰੈਸਟ ਠੀਕ ਹੈ ਮਾਊਂਟ ਐਵਰੈਸਟ ਦੇਖਦੇ ਹਾਂ ਆਪਾਂ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਮਾਊਂਟ ਐਵਰੈਸਟ ਆ ਲਿਖਿਆ ਹੋਇਆ ਤਾਂ ਇਹ ਉਰੇ ਜਿਹੜਾ ਮਾਊਂਟ ਐਵਰੈਸਟ ਆ ਤਾਂ ਤੁਸੀਂ ਇਸ ਤਰ੍ਹਾਂ ਲਿਖ ਦੇਣਾ ਮਾਊਂਟ ਐਵਰੈਸਟ ਠੀਕ ਹੈ ਆਪਣੇ ਦੋ ਲੱਭ ਲੈਂਦੇ ਨੇ ਇਸ ਤੋਂ ਬਾਅਦ ਆ ਗਿਆ ਪਠਾਰੀ ਖੇਤਰ ਹਾਂਜੀ ਆਪਾਂ ਪਠਾਰੀ ਖੇਤਰ ਦੇਖਦੇ ਹਾਂ ਇਹਨਾਂ ਵਿੱਚ ਲੱਭਦੇ ਹਾਂਗੇ ਠੀਕ ਹੈ ਜੀ ਪਠਾਰੀ ਖੇਤਰ ਇੱਕ ਮਿੰਟ ਆਪਾਂ ਇਸ ਨੂੰ ਦੇਖ ਜਾਂਗੇ ਪਠਾਰੀ ਖੇਤਰ ਤੇ ਇੱਥੇ ਹੈਗਾ ਨਹੀਂ ਪਠਾਰੀ ਖੇਤਰ ਤੇ ਹਾਂਜੀ ਇਸ ਤੋਂ ਬਾਅਦ ਆਪਾਂ ਅਗਲਾ ਇੱਕ ਵਾਰੀ ਦੇਖ ਲੈਣੀ ਇਸ ਨੂੰ ਆਪਾਂ ਛੱਡ ਦਿਆਂਗੇ ਹਾਂਜੀ ਅਗਲਾ ਕੀ ਹੈਗਾ ਇੱਕ ਤਾਂ ਹੈਗਾ ਨਾਉਥਲ ਹੈਗਾ ਤੇ ਇੱਕ ਗੰਗਾ ਨਦੀ ਆ ਠੀਕ ਹੈ ਜੀ ਨਾਉਥਲ ਅਤੇ ਗੰਗਾ ਨਦੀ ਗੰਗਾ ਨਦੀ ਅਤੇ ਨਾਉਥਲ ਹਾਂਜੀ ਆਪਾਂ ਦੇਖਦੇ ਹਾਂਗੇ ਇਸ ਦੇ ਵਿੱਚ ਗੰਗਾ ਨਦੀ ਤੇ ਨਾਉਥਲ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਨਾਉਥਲਾ ਆ ਪਿਆਗਾ ਠੀਕ ਹੈ ਨਾਉਥਲਾ ਇਸ ਤਰ੍ਹਾਂ ਉਰੇ ਲਿਖ ਦੇਣਾ ਇਹਦਾ ਆਪਾਂ ਗੰਗਾ ਨਦੀ ਦੇਖਦੇ ਹਾਂ ਹਾਂਜੀ ਗੰਗਾ ਨਦੀ ਤੁਸੀਂ ਦੇਖ ਸਕਦੇ ਹੋਗੇ ਆ ਬਣਾਈ ਖੁੱਈ ਹੈ ਗੰਗਾ ਨਦੀ ਆ ਏਰੀਆ ਦੇ ਵਿੱਚ ਆ ਠੀਕ ਹੈ ਗੰਗਾ ਨਦੀਆਂ ਜਿਹੜੀ ਆਹ ਏਰੀਆ ਦੇ ਵਿੱਚ ਆ ਤੁਸੀਂ ਨੋਟ ਕਰ ਲੈਣਾ ਤੇ ਜਿਵੇਂ ਕਿ ਆਪਾਂ ਨੇ ਇਹ ਤੁਹਾਨੂੰ ਮੈਂ ਕਰਵਾਈ ਦਿੱਤਾਗਾ ਤੇ ਇਸ ਤੋਂ ਬਾਅਦ ਹੈਗਾ ਭਾਰਤ ਦਾ ਗਵੰਡੀ ਟਾਪੂ ਦੇਸ਼ ਭਾਰਤ ਦਾ ਜਿਹੜਾ ਗਵਾਂਡੀ ਟਾਪੂ ਦੇਸ਼ ਉਹ ਤੁਹਾਨੂੰ ਪਤਾ ਹੀ ਹੈ ਵੀ ਇਹਨੇ ਕਿਹੜਾ ਹੈ ਜਾਨਕਿ ਮੈਂ ਤੁਹਾਨੂੰ ਇਸਦਾਂ ਦਿਖਾ ਦੇਣਾ ਹਾਂਜੀ శ్రీలంਕਾ ਜਿਹੜਾ ਉਹ ਆ ਲਿਖਿਆ ਹੋਇਆ ਭਾਰਤ ਦਾ ਗਵਾਂਡੀ ਟਾਪੂ ਦੇਸ਼ ਜਿਹੜੀ ਜਾਨਕਿ శ్రీలంਕਾ ਠੀਕ ਹੈ ਜੀ ਤੁਸੀਂ ਨੋਟ ਕਰ ਲੈਣਾ ਤਾਂ ਜਿਹੜਾ ਆਪਣਾ ਆ ਕਨਸਟਿਊਸ਼ਨ ਸੀਗਾ ਆਪਾਂ ਦਿਖਾਉਣਾ ਤੁਹਾਨੂੰ ਜਿਹੜਾ ਆਪਣੀ ਲੱਭਣਾਗਾ ਕਿਹੜਾ ਰਹਿ ਗਿਆ ਆਪਣਾ ਇਸ ਦੇ ਵਿੱਚ ਰਹਿ ਗਿਆ ਹਾਂਜੀ ਪਠਾਰੀ ਖੇਤਰ ਰਹਿ ਗਿਆ ਆਪਣਾ ਠੀਕ ਹੈ ਜੀ ਪਠਾਰੀ ਖੇਤਰ ਮੈਂ ਤੁਹਾਨੂੰ ਦਿਖਾਉਣਾ ਵੀ ਇਹਨੇ ਕਿਹੜਾ ਹੈਗਾ ਹਾਂਜੀ ਜਿਹਨਾਂ ਦੇ ਆ ਲੱਗੇ ਹੋਣੇ ਸਟਾਰ ਠੀਕ ਹੈ ਜੀ ਇਹ ਪਠਾਰੀ ਖੇਤਰ ਨੇਗੇ ਯੀ ਕੁਛ ਦੇਖਦਾ ਇਹਨੇ ਲਿਖਿਆ ਹੋਣਾ ਹੋਇਆ ਮਾਲਵਾ ਪਠਾਰ ਆ ਹੋ ਗਿਆ ਸੋਟਾ ਨਾਗਪੁਰ ਪਠੇ ਇਹ ਆ ਹੋ ਗਿਆ ਤੇਲੰਗਾ ਪਠਾਰ ਇਹ ਹੋ ਗਿਆ ਜਿੰਨਾਂ ਤੇ ਸਟਾਰ ਲਿਖ ਲੱਗੇ ਹੋਏ ਨੇ ਇਹ ਜਿਹੜੇ ਹੈਗੇ ਨੇ ਪਠਾਰੀ ਖੇਤਰ ਨੇ ਤਾਂ ਤੁਸੀਂ ਇਸ ਨੂੰ ਨੋਟ ਕਰ ਲੈਣਾ ਠੀਕ ਹੈ ਜੀ ਇਹ ਆਪਣੇ ਭਾਰਤ ਦਾ ਜਿਹੜਾ ਨਕਸ਼ਾ ਇਹ ਲੱਭ ਲਿਆ ਅਧਿਤਵਤ ਵੰਡ ਤੋਂ ਪਹਿਲਾਂ ਦੇ ਪੰਜਾਬ ਦੇ ਨਕਸ਼ੇ ਵਿੱਚ ਕੋਈ ਚਾਰ ਤੱਥ ਦਿਖਾਓ ਹਾਂਜੀ ਭਾਰਤ ਤੋਂ ਪਹਿਲਾਂ ਦੇ ਪੰਜਾਬ ਦੇ ਨਕਸ਼ੇ ਵਿੱਚ ਦਿਖਾਉਣੇ ਨੇ ਜਿਵੇਂ ਕਿ ਪਹਿਲਾ ਪੀਰ ਪੰਜਾਲ ਆੜਾ ਹੈਗਾ ਸਤਲੁਜ ਤਾਂ ਲੋ ਆਪਾਂ ਦੇਖ ਜਾਈਏ ਇਹਨਾਂ ਨੂੰ ਦੋਨਾਂ ਨੂੰ ਪੀਰ ਪੰਜਾਲ ਅਤੇ ਸਤਲੁਜ ਨੂੰ ਦੇਖਦੇ ਹਾਂ ਹਾਂਜੀ ਪੀਰ ਪੰਜਾਲ ਅਤੇ ਸਤਲੁਜ ਇੱਕ ਮਿੰਟ ਤੇ ਆਪਾਂ ਇਸ ਨੂੰ ਲੱਭਦੇ ਹਾਂਗੇ ਤੇ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਸਤਲੁਜ ਤਾਂ ਆਪਿਆ ਠੀਕ ਹੈ ਜੀ ਸਤਲੁਜ ਆ ਸੀ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਪੀਰ ਪੰਜਾਲ ਦੇਖਣਾ ਤੇ ਪੀਰ ਪੰਜਾਲ ਇੱਕ ਮਿੰਟ ਤੇ ਜਿਹੜਾ ਪੀਰ ਪੰਜਾਲ ਆ ਉਹ ਇੱਕ ਮਿੰਟ ਆਪਾਂ ਹੋਰ ਨਾ ਸਾਢੇ ਦਿਨ ਹੈ ਉਸ ਨੂੰ ਉਸ ਨੂੰ ਆਪਾਂ ਬਾਅਦ ਵਿੱਚ ਦੇਖ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਅਗਲਾ ਕਰ ਲੈਣੇ ਹਾਂਗੇ ਇਸ ਨੂੰ ਪੱਕਾ ਕਰਕੇ ਕੱਢ ਕੇ ਦੇਖ ਲੈਣਾ ਤੁਸੀਂ ਵੀ ਇਸ ਤਰ੍ਹਾਂ ਨਹੀਂ ਹੈਗਾ ਕਿ ਤੁਸੀਂ ਨੇ ਇੱਕ ਦੇ ਖੜ ਜਣਾ ਅਤੇ ਇੱਕ ਨੂੰ ਇੱਕ ਦੇ ਟਾਈਮ ਵੇਸਟ ਕਰਨ ਦੀ ਬਜਾਏ ਤੁਸੀਂ ਦੋ ਤਿੰਨ ਹੋਰ ਕਰ ਲਵੋਗੇ ਅੱਗੇ ਉਸ ਨੂੰ ਤੁਸੀਂ ਛੱਡ ਦੇਣਾ ਸਕਿਪ ਕਰਨਾ ਇਸ ਤੋਂ ਬਾਅਦ ਤੁਸੀਂ ਅਗਲੇ ਕਰ ਲੈਣੇ ਆ ਹਾਂਜੀ ਅਗਲਾ ਹੈਗਾ ਈਡੀ ਸੁਲੇਮਨ ਕੀ ਠੀਕ ਹੈ ਜੀ ਸੁਲੇਮਨ ਮਾਨਕੀ ਪਹਾੜੀਆਂ ਰਾਵੀ ਬਿਆਸ ਠੀਕ ਹੈ ਜੀ ਸੋ ਹਾਂਜੀ ਆਪਾਂ ਇਹ ਦੇਖ ਜਾਗੇ ਹਾਂਜੀ ਮੈਂ ਤੁਹਾਨੂੰ ਦਿਖਾਉਣਾ ਇਸ ਦਾ ਜਿਹੜਾ ਆਨਸਰ ਹੈਗਾ ਤੇ ਸੁਲੇਮਾਨ ਕੀ ਤਾਂ ਇੱਥੇ ਤਾਂ ਆਪ ਨੂੰ ਕਿਤੇ ਦੇਖ ਨਹੀਂ ਰਿਹਾ ਤੇ ਅੱਗੇ ਅੱਗੇ ਕੱਢ ਕੇ ਦੇਖ ਲੈਣੇ ਆਗੇ ਹਾਂਜੀ ਜਿੰਮੀ ਕੀ ਆਪਾਂ ਅੱਗੇ ਕੱਢੀਏ ਹਾਂਜੀ ਆ ਗਿਆ ਸੁਲੇਮਾਨ ਕੀ ਹਿਲਜ਼ ਯਾਨੀ ਕਿ ਸੁਲੇਮਾਨ ਕੀ ਹਿਲਜ਼ ਯਾਨੀ ਕਿ ਪਹਾੜ ਨੂੰ ਕਹਿਣੇ ਆਗੇ ਆਪਾਂ ਤਾਂ ਇਹ ਜਿਹੜਾ ਉਰੇ ਜ ਬਣ ਰਿਹਾਗਾ ਤਾਂ ਉਹ ਹੀ ਉਰੇ ਆਊਗਾ ਠੀਕ ਹੈ ਜੀ ਤੁਸੀਂ ਨੇ ਉੱਥੇ ਉਸ ਦੇ ਵਿੱਚ ਦੇਖ ਲੈਣਾ ਪੰਜਾਬ ਦੇ ਨਕਸ਼ੇ ਦੇ ਵਿੱਚ ਵੀ ਨਾ ਕਿੱਥੇ ਜ ਬਣ ਰਿਹਾਗਾ ਤੇ ਇਹ ਉੱਤੇ ਜ ਬਣ ਰਿਹਾਗਾ ਹਾਂਜੀ ਇਹ ਤੁਸੀਂ ਦੇਖ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਅਗਲਾ ਦੇਖਦੇ ਹਾਂ ਨਾ ਅਗਲਾ ਕੀ ਹੈਗਾ ਹਾਂਜੀ ਅਗਲਾ ਹੈਗਾ ਆਪਣੇ ਲੱਭਣਾਗਾ ਰਾਵੀ ਵਿਆਸ ਤੇ ਖੈਬਰ ਦੇ ਰਹਾ ਦਿਖਾਉਣਾਗਾ ਰਾਵੀ ਵਿਆਸ ਤੇ ਖੈਬਰ ਦਰਾ ਦਿਖਾਉਣਾ ਹਾਂਜੀ ਜਿਹੜਾ ਆਪਣੇ ਰਾਵੀ ਖੈਬਰ ਤਾਂ ਆਪਾਂ ਦੇਖਦੇ ਆਂਗੇ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਆ ਆ ਗਿਆ ਰਾਵੀ ਹਾਂਜੀ ਰਾਵੀ ਵਿਆਸ ਹੈਗਾ ਜਿਹੜਾ ਅਤੇ ਇਹਨਾਂ ਨੇ ਸਤ ਸਤਲੂ ਦਿੱਤਾ ਹੋਇਆ ਹੈਗਾ ਤਾਂ ਤੁਸੀਂ ਇਹ ਤਿੰਨੇ ਕਰ ਲੈਣਾ ਮੈਂ ਤੁਹਾਨੂੰ ਦਾ ਚਾਰ ਤੱਕ ਕਰਵਾ ਹੀ ਦਿੱਤੇ ਨੇ ਬਾਕੀ ਜਿਹੜੇ ਰਹਿ ਗਏ ਨੇ ਉਹ ਤੁਸੀਂ ਨੇ ਆਪਣੀਆਂ ਵੀ ਕਰ ਲੈਣੇ ਆਗੇ ਠੀਕ ਹੈ ਜੇ ਤੁਹਾਨੂੰ ਜਿਹੜੀ ਤੁਹਾਡੇ ਬੁੱਕ ਵਿੱਚੋਂ ਇਹ ਤੁਹਾਨੂੰ ਮਿਲ ਜਾਣਗੇ ਜਿਹੜੇ ਆ ਸਥਾਨ ਦਿੱਤੇ ਹੋਏ ਨੇ ਠੀਕ ਹੈ ਜੇ ਦਿੱਤੇ ਹੋਣੇਗੇ ਤੁਹਾਨੂੰ ਸੇ ਸੀ ਅਜਮਤ ਤੁਹਾਨੂੰ 4-5 ਕਰਵਾ ਦਿੱਤੇ ਨੇ ਤਾਂ ਇਸ ਦੇ ਨਾਲ ਜਿਹੜਾ ਤੁਹਾਡਾ ਇਹ ਪੇਪਰ ਕੰਪਲੀਟ ਹੋ ਰਿਹਾਗਾ ਅਤੇ ਜਾ ਕੇ ਦੂਜਾ ਪਾਰਟ ਜਰੂਰ ਦੇਖ ਲਓ ਦੂਜੇ ਪਾਰਟ ਦਾ ਲਿੰਕ ਮੈਂ نیچے ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈਗਾ ਜਿਸ ਤੋਂ ਤੁਹਾਨੂੰ ਦੂਜਾ ਪੇਪਰ ਮਿਲੂਗਾ ਠੀਕ ਹੈ ਜੀ ਉਸ ਨੂੰ ਵੀ ਜਰੂਰ ਕਰ ਲੈਣਾ ਇਹ ਦੋਨੇ ਪੇਪਰਾਂ ਨੂੰ ਰੱਟ ਕੇ ਜਾਓਏ ਉਹ ਤੁਸੀਂ ਇਸ ਦੇ ਨਾਲ ਕੀ ਕੀ ਹੈ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਇਹਨੇ ਤੁਹਾਨੂੰ ਕਿਸ ਤਰ੍ਹਾਂ ਦਾ ਪੇਪਰ ਆਊਗਾ ਅਤੇ ਤੁਹਾਨੂੰ ਇਸ ਤਰ੍ਹਾਂ ਪਤਾ ਲੱਗ ਜਾਵੇ ਕਿ ਇਹਨੇ ਕਿਹੜੇ ਇੰਪੋਰਟੈਂਟ ਕੁਐਸਚਨ ਨੇ ਅਤੇ ਤੁਸੀਂ ਆਪਣੇ ਇਸ ਦੇ ਨਾਲ ਦੇ ਨਾਲ ਤੁਸੀਂ ਆਪਣਾ ਸਿਲੇਬਸ ਵੀ ਪੂਰਾ ਤਿਆਰ ਕਰਕੇ ਜਾਣਾ ਹੈਗਾ ਮਤਲਬ ਚੈਪਟਰ ਵਾਈਜ਼ ਤੁਸੀਂ ਸਾਰੇ ਕੁਐਸਚਨ ਪੜ੍ਹ ਕੇ ਜਾਣੇ ਹੈਗੇ ਇਸ ਤਰ੍ਹਾਂ ਨਹੀਂ ਕਰਨਾ ਕਿ ਤੁਸੀਂ ਸਾਰਾ ਜਿਹੜਾ ਡਿਪੈਂਡ ਹੋ ਜਾਮ ਉਹ ਇੰਨਾ ਜਿਹੜੇ ਪੇਪਰਾਂ ਦੇ ਉੱਤੇ ਹੋ ਸਕਦਾ ਹੈ ਤੁਹਾਨੂੰ ਪੇਪਰ ਨਾ ਹੀ ਆਵੇ ਹੋ ਸਕਦਾ ਹੈ ਤੁਹਾਨੂੰ ਆ ਜਾਵੇ ਕੁਝ ਨਹੀਂ ਪਤਾ ਨਾ ਤਾਂ ਤੁਸੀਂ ਇਸ ਨੂੰ ਵੀ ਚੰਗੀ ਤਰ੍ਹਾਂ ਪੜ੍ਹ ਕੇ ਜਾਣਾ ਇਹ ਸੈਂਪਲ ਪੇਪਰ ਹੁੰਦੇ ਨੇ ਠੀਕ ਹੈ ਜੀ ਅਤੇ ਚੈਨਲ ਨੂੰ ਹੁਣੇ ਤੋਂ ਹੁਣੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਟੈਲੀਗ੍ਰam ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲੈਣਾ ਜਿਸ ਤੇ ਤੁਹਾਨੂੰ ਇਸ ਪੇਪਰ ਦਾ ਪੀਡੀਐ ਮਿਲ ਜਾਊਗਾ ਟੈਲੀਗ੍ਰam ਮੁਤਿਆਕ ਤੁਸੀਂ ਆਪਣੇ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰ ਲੈਣਾ ਅਤੇ ਨਾਲ ਨਾਲ ਤੁਸੀਂ ਦੂਜੇ ਪੇਪਰ ਜਰੂਰ ਦੇਖ ਲੈਣ ਜਿਸ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈਗਾ ਤਾਂ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ